हाँ जी, वाहिगुरु जी का खालसा, वाहिगुरु जी की फतेह। अस्सलाम वालेकुम जी, मैं प्रगट सिंह जीवे सांझा पंजाब तों ते आप सब दा स्वागत करदा अपने इस अज दी गलबात दे विच। दोस्तों, मुहर्रम दा महीना आ चुकिया है ते इस महीने दे शुरुआती दिनां दे विच पाक पतन शरीफ विखे बाबा फरीद जी दा मेला मनाया जांदा है। बाबा फरीद जी का नाम किसी भी पंजाबी वास्ते जान पछाण का मोहताज नहीं। देश पंजाब विच वसदे हर पंजाबी ने, चाहे वह किसी भी मजहब का होवे, उन सब ने बाबा फरीद जी नू अपनाया ते उन्हां नू सत्कार दिता। जां कह लो बाबा फरीद जी दी अपनियां लिखतां ते उन्हां दियां अपनियां सिक्ख्यावां ही इन्नियां वड्डियां सी कि उसने समुची पंजाबीयत नू अपने कलावे दे विच लै लिया। ते अज असी उन्हां दे बारे ही एक खास गलबात लैके ते हाजिर होए हां। ते अज दी इस गलबात दे विच साडे नाल मौजूद ने मसूद खालिद साहब, जो कि लहिंदे पंजाब दे लिखारियां दे विच एक बहुत वड्डा नाम है। उन्हां ने बाबा फरीद जी बारे भी एक किताब बाबा फरीद जी दा फलसफा इंसानियत नाम तो लिखी सी। ते इस वेले भी बाबा फरीद जी दे जीवन दे उत्ते एनसाइक्लोपीडिया वो तैयार कर रहे ने। ते इस तो अलावा भी पंजाब अते पंजाबी बोली दी चढ़दी कला वास्ते काम करदे रहिंदे ने। सो अज असी उहनां दे नाल गलबात करांगे। सो आओ उहनां नाल गलबात करदे हां। खालिद साहब, बहुत बहुत स्वागत है तुहाडा साडे इस टॉक शो दे विच। बड़ी मेहरबानी। ਹਾਂਜੀ। ਸੋ ਜਿਵੇਂ ਅਸੀਂ ਬਾਬਾ ਫਰੀਦ ਜੀ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ, ਅਸੀਂ ਪੰਜਾਬ ਦੀ ਧਰਤੀ ਤੇ ਵਸਦੇ ਹਾਂ, ਪੰਜਾਬੀ ਬੋਲੀ ਦੇ ਵਾਸਤੇ ਕੰਮ ਕਰਦੇ ਹਾਂ। ਬਾਬਾ ਫਰੀਦ ਜੀ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਵੀ ਸਾਰੀਆਂ ਪੰਜਾਬੀ ਬੋਲੀ ਦੇ ਵਿੱਚ ਹੀ ਨੇ। ਸੋ ਗੱਲ ਪੰਜਾਬੀ ਬੋਲੀ ਤੋਂ ਹੀ ਸ਼ੁਰੂ ਕਰਨੀ ਬਣਦੀ ਹੈ। ਪੰਜਾਬੀ ਬੋਲੀ ਦੇ ਵਿੱਚ ਬਾਬਾ ਫਰੀਦ ਜੀ ਤੋਂ ਪਹਿਲਾਂ ਕੋਈ ਵੀ ਲਿਟਰੇਚਰ ਸਾਨੂੰ ਇਸ ਤਰ੍ਹਾਂ ਦਾ ਨਹੀਂ ਮਿਲਦਾ। ਇਸ ਖਿੱਤੇ ਦੇ ਵਿੱਚ ਜੇ ਕੋਈ ਰਚਨਾਵਾਂ ਲਿਖੀਆਂ ਵੀ ਗਈਆਂ ਤੇ ਉਹ ਸਾਰੀਆਂ ਤਕਰੀਬਨ ਫਾਰਸੀ ਦੇ ਵਿੱਚ ਸਨ। ਬਾਬਾ ਫਰੀਦ ਜੀ ਅਜਿਹੇ ਪਹਿਲੇ ਲਿਖਾਰੀ ਹੋਏ ਜਿਨ੍ਹਾਂ ਨੇ ਪੰਜਾਬੀ ਬੋਲੀ ਦੇ ਵਿੱਚ ਲਿਖਣਾ ਸਟਾਰਟ ਕੀਤਾ। ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਫਾਰਸੀ ਬੋਲੀ ਦੀ ਇੱਕ ਹੈਜੇਮਨੀ ਸੀ, ਉਸ ਨੂੰ ਚੈਲੰਜ ਕੀਤਾ ਗਿਆ ਤੇ ਪੰਜਾਬੀ ਬੋਲੀ ਦੇ ਵਿੱਚ ਲਿਟਰੇਚਰ ਉਹਨਾਂ ਤੋਂ ਸ਼ੁਰੂ ਹੋਇਆ। ਸੋ ਇਸ ਗੱਲ ਦੀ ਕਿੰਨੀ ਕੁ ਇੰਪੋਰਟੈਂਸ ਆਪ ਜੀ ਸਮਝਦੇ ਹੋ ਪੰਜਾਬੀ ਬੋਲੀ ਦੇ ਖੇਤਰ ਦੇ ਵਿੱਚ? ਅਸਲ ਵਿੱਚ ਪੰਜਾਬੀ ਦੀ ਜਿਹੜੀਆਂ ਲਿਖਤਾਂ ਸਨ ਨਾ ਪਹਿਲੇ, ਕਿਉਂਕਿ ਕੋਈ ਵੀ ਅਚਾਨਕ ਕੋਈ ਏਡਾ ਸੋਹਣਾ ਕਲਾਮ ਤੇ ਏਡਾ ਵਧੀਆ ਜਿਹੜੇ ਨਾ ਜੀ ਜਿਹੜੀ ਰਚਨਾ ਹੈ ਨਾ ਉਹ ਨਹੀਂ ਸਾਹਮਣੇ ਆ ਜਾਂਦੀ। ਉਹਦੇ ਪਿੱਛੇ ਇੱਕ ਸਾਲ ਦੀ ਇੱਕ ਟ੍ਰੈਡੀਸ਼ਨ ਮੌਜੂਦ ਹੁੰਦੀ ਹੈ ਜਿਹੜੀ ਕਿ ਹੌਲੀ ਹੌਲੀ ਟੁੱਟਦੀ ਟੁੱਟਦੀ ਅੱਗੇ ਆ ਜਾਂਦੀ। ਪੰਜਾਬੀ ਦੇ ਪਹਿਲੇ ਵੀ ਕੁਛ ਹੋਰ ਸ਼ਾਇਰ ਵੀ ਨੇ, ਮਸਲਨ ਸ਼ਾਹ ਸ਼ੰਬਸ ਸਬਜ਼ਵਾਰੀ, ਉਹਨਾਂ ਦੀ ਲਿਖਤ ਇੱਕ ਦੋ ਬੰਦ ਦੇ ਹਿਸਾਬ ਨਾਲ ਪਈ ਹੋਈ ਹੈ ਜਿਹੜੀ ਕਿ ਇੰਡੀਆ ਆਫਿਸ ਲਾਇਬ੍ਰੇਰੀ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਹੈ। ਉਹ ਮੁਲਤਾਨ ਦੇ ਸਨ, ਉਹਨਾਂ ਦਾ ਦਰਬਾਰ ਵੀ ਮੁਲਤਾਨ ਹੈ। ਔਰ ਬਾਬਾ ਫਰੀਦ ਜਿਹੜੇ ਨੇ ਇਹ ਉਹ ਪਹਿਲੇ ਸ਼ਾਇਰ ਨੇ ਜਿਹਨਾਂ ਦਾ ਕਲਾਮ ਪੂਰੇ ਦਾ ਪੂਰਾ ਸਾਨੂੰ ਜਿਹੜਾ ਨਾ ਜੀ ਮਹਿਫੂਜ਼ ਲੱਗਦਾ ਹੈ। ਤੇ ਬਾਬਾ ਸਾਹਿਬ ਜਿਹੜੇ ਨੇ ਉਹਨਾਂ ਨੇ ਆਪ ਤੇ ਉਹ ਅਰਬੀ ਫਾਰਸੀ ਦੇ ਆਲਮ ਸਨ, ਅਰਬੀ ਦੇ ਵੀ ਬੜੇ ਵੱਡੇ ਆਲਮ ਸਨ, ਇਹਦੇ ਵੀ ਬੜੇ ਵੱਡੇ ਆਲਮ ਸਨ। ਇੱਥੇ ਉਹ ਜ਼ਮਾਨਾ ਸੀ ਬਾਦਸ਼ਾਹੀ ਦਾ, ਅਗਰ ਉਹ ਚਾਹੁੰਦੇ ਤੇ ਅਰਬੀ ਫਾਰਸੀ ਦੇ ਵਿੱਚ ਕੋਈ ਕਸੀਦਾ ਲਿਖ ਕੇ ਤੇ ਅਰਬੀ ਫਾਰਸੀ ਦੇ ਅੰਦਰ ਕੋਈ ਐਸੀ ਲਿਖਤ ਲਿਖ ਕੇ ਤੇ ਉਹਨਾਂ ਦਾ ਮੂੰਹ ਅਗਰ ਦਰਬਾਰ ਵੱਲੇ ਹੁੰਦਾ ਤੇ ਉਹ ਦਰਬਾਰ ਦੇ ਵਿੱਚ ਚਲੇ ਜਾਂਦੇ। ਲੇਕਿਨ ਉਹਨਾਂ ਨੇ ਦਰਬਾਰ ਦੀ ਬਜਾਏ ਉਹਨਾਂ ਲੁਕਾਈ ਦੀ ਜ਼ਬਾਨ 'ਚ ਲੁਕਾਈ ਨੂੰ ਗੱਲ ਕਰਨੀ, ਲੁਕਾਈ ਨੂੰ ਇਹ ਗੱਲ ਸਮਝਾਉਣੀ ਉਹਨਾਂ ਨੇ ਬੜੀ ਮੁਨਾਸਿਬ ਸਮਝੀ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਅਸਲੇ 'ਚ ਉਹਨਾਂ ਦਾ ਜਿਹੜਾ ਮੁਖਾਤਬ ਹੈ ਉਹ ਲੁਕਾਈ ਸੀ, ਨਾ ਕਿ ਦਰਬਾਰ ਸੀ। ਕਿਉਂਕਿ ਅੱਗੇ ਉਸ ਤੋਂ ਪਹਿਲੇ ਕਈ ਐਸੇ ਬਜ਼ੁਰਗ ਵੀ ਹੋਏ ਨੇ ਜਿਹੜੇ ਕਿ ਇਸੇ ਇਲਾਕੇ ਦੇ ਸਨ ਤੇ ਉਹਨਾਂ ਨੇ ਫਾਰਸੀ ਦੀਆਂ ਲਿਖਤਾਂ ਜਿਹੜੀਆਂ ਸਨ ਉਹਦੇ ਜ਼ਰੀਏ ਕਸੀਦੇ ਲਿਖੇ ਔਰ ਉਹ ਪੰਜਾਬੀ ਜ਼ਬਾਨ ਦਾ ਮਤਲਬ ਪੰਜਾਬੀ ਜ਼ਬਾਨ 'ਚ ਲਿਖਣ ਦਾ ਸਿਰਫ ਮਤਲਬ ਹੀ ਇਹ ਸੀ ਕਿ ਉਹ ਕਿਹਨੂੰ ਗੱਲ ਕਰਨਾ ਚਾਹੁੰਦੇ ਸੀ, ਉਹਨਾਂ ਦਾ ਮੁਖਾਤਬ ਕੌਣ ਸੀ, ਕਿਹਨੂੰ ਖਿਤਾਬ ਕਰ ਰਹੇ ਸਨ, ਉਹ ਉਹਨਾਂ ਦੇ ਨਜ਼ਦੀਕ ਲੁਕਾਈ ਹੀ ਸੀ। ਅੱਛਾ, ਇਹ ਉਹ ਜ਼ਮਾਨਾ ਸੀ ਜਦੋਂ ਪਰਲੇ ਲੋਕ ਹੀ ਆ ਕੇ ਹਕੂਮਤਾਂ ਕਰਦੇ ਪਏ ਸਨ, ਯਾਨੀ ਕਿ ਬੈਰੂਨੀ ਲੋਕ ਸਨ ਉਹ ਹੀ ਹਕੂਮਤਾਂ ਕਰਦੇ ਪਏ ਸਨ ਤੇ ਉਹਨਾਂ ਦੀ ਨਜ਼ਰ 'ਚ ਪੰਜਾਬ ਦੀ ਤੇ ਪੰਜਾਬੀ ਦੀ ਕੋਈ ਅਹਿਮੀਅਤ ਨਹੀਂ ਸੀ। ਇਹ ਨਿਰਾ ਕੋਈ ਜ਼ਬਾਨ ਦੀ ਗੱਲ ਸਿਰਫ ਨਹੀਂ ਸੀ, ਬਲਕਿ ਉਹਨਾਂ ਲੋਕਾਂ ਨੂੰ ਵੀ ਮੁਤਾਰਫ ਕਰਾਉਣਾ ਸੀ, ਉਹਨਾਂ ਲੋਕਾਂ ਨੂੰ ਵੀ ਪ੍ਰੋਡਿਊਸ ਕਰਾਉਣਾ ਸੀ ਕਿ ਵੀ ਇਹ ਵੀ ਕੋਈ ਲੋਕ ਹੈਗੇ ਨੇ ਤੇ ਇਹਨਾਂ ਦੀ ਵੀ ਇੱਕ ਬੋਲੀ ਹੈਗੀ ਹੈ ਜਿਹੜੀ ਕਿ ਬੜੀਆਂ ਅਰਸੇ ਤੋਂ ਮੌਜੂਦ ਹੈ। ਇੱਕ ਤੇ ਬਾਬਾ ਫਰੀਦ ਦੇ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਨੇ ਜਿਹੜੀ ਫਾਰਸੀ ਦੇ ਵਿੱਚ ਉਹਨਾਂ ਨੇ ਕਰਨ ਦੀ ਬਜਾਏ ਅਰਬੀ 'ਚ ਕਰਨ ਦੀ ਬਜਾਏ ਉਹਨਾਂ ਨੇ ਪੰਜਾਬੀ 'ਚ ਗੱਲ ਕੀਤੀ ਔਰ ਇਹ ਪਹਿਲੀ ਇੱਕ ਟ੍ਰੈਡੀਸ਼ਨ ਸੀ। ਦੂਜੀ ਗੱਲ ਇਹ ਵੀ ਉਹਨਾਂ ਨੇ ਖਾਸ ਤੌਰ ਤੇ ਕਿਸੇ ਧਰਮ ਨੂੰ ਮੁਖਾਤਬ ਨਹੀਂ ਕੀਤਾ,
किसी धर्म नू गल नहीं की, बल्कि उन्होंने इंसान के नाल वापरियां जिहड़ियां इंसान दियां ने, मसलन जिहड़े उहदे जिंदगी दे मसले ने, जीवन मरण है, और खास तौर पर जिहड़े लुकाई जिहड़ी पिछड़ी लुकाई जिहड़ी के तुसीं समझ लो कि मेहनत कश लोग सन, उन्हां लोगों की गल की, परिवार तो हट के इस सारे का सारा उन्हां दा जिहड़ा सिलसिला सी। अच्छा, बाबा फरीद जिहड़े ने जी, हाँ जी, उन्हां दी एक जिहड़ी खास गल है ना, वह यह हैगी है कि वह आप ते उन्हां दे दादा जी तो आए सन काबल चो, काजी आके लगे, लेकिन उन्हां दे फिर जिहड़े बाबा जी की वालदा सी, बाबा जी की जिहड़ी मां जी सन, वह इतों के मुकामी है सन, उन्हां दी जबान जिहड़ी है ना मुल्तान की पंजाबी जबान सी, जिहदी वजह नाल कि बाबा जी दे तुहानूं श्लोक दे विच थोड़े थोड़े ऐसे लफ्ज़ भी नजर आएंगे जिहड़े खास तौर पर पंजाबी का मुल्तानी लै जाए। जी जी उन्होंने बाबा साहब ने जिहड़ा ना जी खास तौर पर उचेचता नाल किसी धर्म की गल नहीं की, मसलन उन्होंने जिहड़े में कहिंदे ने वी कोठे मंडप माड़ियां इतना लाई के, वह सारी इंसानियत के नाल जुड़ी हुई गल है, फिर रोटी मेरी काठ की लावन मेरी भुख। अच्छा, ये फिर जिहड़ा ना जी अपना इस एक बाबा फरीद का समाज जिहड़ा है वह भी एक तबकाती समाज, यानी कि ऊंच नीच हैगी सी उहदे विच, उस उन्होंने जाहिर किया है अपनी शायरी दे विच कि फरीदा एक ना आटा अगला तो एक ना नहीं लाउन, अगे गए सुजाब सन चोटा खासी कौन, ठीक है ना जी, यानी कि उन्होंने की शायरी के अंदर उन्होंने श्लोक के अंदर एक तो सानू लभदे ने उस इलाके दीयां चीजा जिन्हां नू उन्होंने सिंबोलिक इस्तेमाल किया है, बिल्कुल, और बाबा फरीद जी ने सारी की सारी जी उन्होंने श्लोक ने उन्हां दे विच खास तौर पर जी मनुखता है इंसानियत है उहदी गल कीती गई, यानी कि किसी खास धर्म की गल नहीं की, अगर जी एक दो श्लोक इस तरीके के हैं भी, लेकिन उन्होंने सारी चल जी है ना जी, वह असं यह समझने कि सिर्फ बाबा फरीद की शायरी ही है, बाबा फरीद दे जिहड़े दम करते सन ना किसी नूं, मतलब किसी मरीज नूं दम कर किसी नूं ठीक करन वास्ते, वह भी उन्होंने पंजाबी च ने जिहड़े कहारे दिकर मौजूद ने। अच्छा, बाबा फरीद जी जिहड़े ने उन्होंने कोल जिहड़े उन्होंने की नसर है जिहड़ी, यानी कि उन्होंने प्रोज है जिहड़ी, वह असल दे विच क्योंकि पंजाबी किसी ने लिखी नहीं, हाँ जी, इस वो लिखी है हजरत ख्वाजा निजामुद्दीन औलिया ने, जिहड़े कि उन्होंने खलीफा सन, हाँ जी हाँ जी, उन्होंने पादरी जबान जिहड़ी है उन्होंने जिहड़ी मां बोली है वह हैगी सी फारसी ते उर्दू, क्योंकि वह पूर्वी जबान कहते सर कि मेरी जबान पूर्वी है, हाँ जी, इस वास्ते उन्होंने जिहड़े बाबा फरीद को गल्लां सुनियां जिहड़ी कि जिन्हों असीं उन्होंने अखबार जिहड़े कौल है उन्होंने जिहड़ियां ने उन्होंने अपनी जबान च उत्थे फारसी जबान दे विच ही लिख के जो सीरोल औलिया दे विच मौजूद है, क्योंकि ज्यादातर काम हुंदा है श्लोक दे उत्ते, उन्हां दी प्रोज उत्ते उन्हां दी नसर उत्ते उन्होंने जिहड़ियां लिखतां अधूरियां ने उन्हां दे उत्ते काम कदे नहीं होया, उहदी वजह यह है कि वह पंजाबी दे विच साडे कोल सरबियां ने, क्योंकि बाबा साहब की अपनी बोली तो पंजाबी सी, लेकिन उन्होंने जिहड़े सब नाल पहले खलीफा सन, मसलन उन्होंने किताब दे विच लिखिया कि बाबा फरीद जिहड़े ने वो एक जिहड़ा ना जी, क्योंकि उम्र उन्होंने ज्यादा सी, ਉਹ ਇੱਕ ਰੋਟੀ ਜਿਹੜੀ ਖਾਂਦੇ ਸਨ ਉਹਨੂੰ ਮਨ ਆਖਦੇ ਸਨ, ਹੁਣ ਸਾਡੀ ਇੱਥੋਂ ਦੀ ਪਾਕ ਪਤਨ ਦੀ ਬੋਲੀ ਦੇ ਵਿੱਚ ਮਨ ਜਿਹੜਾ ਨਾ ਜੀ ਉਹ ਮੋਟੀ ਰੋਟੀ ਨੂੰ ਕਿਹਾ ਜਾਂਦਾ, ਹਾਂਜੀ, ਅੱਛਾ ਹੁਣ ਮਨ ਜਿਹੜਾ ਹੈ ਉਹ 40 ਕਿਲੋ ਦਾ ਵੀ ਮਨ ਹੈ, ਅੱਛਾ ਹੁਣ ਉਹ ਹੈਰਾਨਗੀ ਦਾ ਇਜ਼ਹਾਰ ਕੀਤਾ ਹੈ ਖਾਜਾ ਨਿਜ਼ਾਮੁਦੀਨ ਔਲੀਆ ਨੇ, ਉਹਨਾਂ ਨੇ ਕਿਹਾ ਵੀ ਉਹ ਜਿਹੜਾ ਮਨ ਹੈ ਨਾ ਸਾਨੂੰ ਨੀ ਪਤਾ ਕੋਈ ਵਜ਼ਨ ਹੈ, ਯਾਨੀ ਕਿ ਉਹਨਾਂ ਨੇ ਇੱਕ ਸ਼ਲੋਕ ਵੀ ਬਾਬਾ ਫਰੀਦ ਦਾ ਦਰਜ ਕੀਤਾ ਹੈ ਜਿਹੜਾ ਕਿ ਉਹਨਾਂ ਨੂੰ ਸਮਝ ਨਹੀਂ ਆਈ ਜਿਹੜੀ ਉਹਨਾਂ ਨੇ ਸਾਊਂਡ ਜਿਹੜੀ ਸੀ ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਕੈਚ ਕਰਕੇ ਉਹਨਾਂ ਨੂੰ ਲਿਖ ਦਿੱਤਾ, ਉਹ ਜਿਹੜੀ ਸੀ ਜਿਹੜੇ ਬਾਬਾ ਸਾਹਿਬ ਦੇ ਜਿਹੜੇ ਸ਼ਲੋਕ ਨੇ ਉਹਨਾਂ ਤੋਂ ਇਲਾਵਾ ਜਿਹੜੀ ਬਾਬਾ ਸਾਹਿਬ ਦੀ ਉਹਨਾਂ ਤੋਂ ਵੱਖ ਜਿਹੜੀ ਇੱਕ ਬਾਬਾ ਸਾਹਿਬ ਦੀ ਨਸਰੀ ਚੀਜ਼ਾਂ ਨੇ ਉਹਨਾਂ ਦੇ ਉੱਤੇ ਕੰਮ ਨਹੀਂ ਹੋਇਆ, ਉਹਨਾਂ ਦੇ ਉੱਤੇ ਜਿਹੜਾ ਨਾ ਜੀ ਉਹਨਾਂ ਦੇ ਵੀ ਉਹ ਵੀ ਉਹਦੀ ਜ਼ਿਆਦਾ ਮਨੁੱਖਤਾ ਉਹਦੇ 'ਚ ਉਹਨਾਂ ਨੇ ਅਕਲ ਦੇ ਬਾਰੇ 'ਚ, ਯਾਨੀ ਕਿ ਉਹਨਾਂ ਨੇ ਕਿਸੇ ਬਾਦਸ਼ਾਹ ਦਾ ਕਸੀਦਾ ਨਹੀਂ ਲਿਖਿਆ, ਉਹਨਾਂ ਨੇ ਕਸੀਦਾ ਲਿਖਿਆ ਅਕਲ ਦਾ, ਉਹਨਾਂ ਕਸੀਦਾ ਲਿਖਿਆ ਇਮਾਨਦਾਰੀ ਦਾ, ਉਹਨਾਂ ਕਸੀਦਾ ਲਿਖਿਆ ਇਨਸਾਨੀਅਤ ਦਾ, ਉਹਨਾਂ ਨੇ ਜਿਹੜਾ ਨਾ ਜੀ ਇਸ ਤਰ੍ਹਾਂ ਦਾ ਬਾਬਾ ਸਾਹਿਬ ਦੇ ਉਹਦੇ ਵਿੱਚੋਂ ਲੱਗਦਾ ਕਿ ਯਾਨੀ ਕਿ ਉਹਨਾਂ ਕੀਤਾ। ਅੱਛਾ, ਉਹਦੀ ਬੁਨਿਆਦੀ ਵਜ੍ਹਾ ਜਿਹੜੀ ਹੈ ਨਾ, ਬਹੁਤ ਸਾਰੇ ਲੋਕ ਇੱਧਰਲੀ ਜਿਹੜੀਆਂ ਲਿਖਤਾਂ ਨੇ ਉਹਦੇ 'ਚ ਉਹਨਾਂ ਨੂੰ ਇਤਰਾਜ਼ ਹੈ ਕਿ ਬਾਬਾ ਸਾਹਿਬ ਦੀ ਤਾਂ ਮਾਂ ਬੋਲੀ ਪੰਜਾਬੀ ਨਹੀਂ ਸੀ, ਹਾਂਜੀ, ਹਾਲਾਂਕਿ ਬਾਬਾ ਸਾਹਿਬ ਦੀ ਮਾਂ ਬੋਲੀ ਵੀ ਪੰਜਾਬੀ ਹੀ ਸੀ,
और उन्होंने उस तरह पंजाबी दे विच उन्होंने लिखा है। अच्छा उन्होंने जिहड़ी बाबा साहब का जिहड़ा है सी उत्थों जिहड़ी उन्होंने ना एक हजरत ख्वाजा निजामुद्दीन औलिया जिहड़े ने उन्होंने एक मुस्लिम ट्रेडिशन दे एक ये गल हैगी कि उन्होंने कुरान शरीफ दे विच हैगा है कि अल्लाह रब ने सारियां रूहां इकट्ठियां करके ते उन्होंने पूछा भी क्या मैं थोड़ा रब हाँ, तो उन्होंने कहा भी जिहड़ा जी बिल्कुल तू ही साडा रब है। ते ख्वाजा निजामुद्दीन औलिया कहिंदे ने एक बंदा उठ खड़ा होया उन्हां दी मजलिस च ते उन्होंने कहा भी तुहानू तुसीं किहड़ी रब ने किहड़ी जबान च पुछिया किहड़ी बोली च पुछिया ते तुसीं किहड़ी बोली जवाब दिता। उन्होंने कहा कि रब ने जिहड़े भी बोली च बोलिया मैनू मेरी मां बोली दे राहीं समझ आई कि रब की कहिंदा पिया ते मैं जवाब ही अपनी मां बोली राहीं दित्ता। यानी कि जिहड़े लोग सन यानी कि बाबा फरीद की जी बुनियादी तालीम है बाबा साहब के अपने तक है ही ना उन्होंने अपने खलीफिया जी गल की सी उस इस तो पता लगता है सानू कि वह मां बोली की उन्होंने नजरे कितनी उचेचता सी कि अहम समझते सन कि वह कहते सन भी जी सा गुफ्तगू है ना रब नाल वह भी साड़ी मां बोली दे विच ही असी सुनी भी मां बोली चुने जी भी जबान च गल हर एक ने अपनी अपनी मां बोली राही उस गल समझा हर एक ने अपनी अपनी मां बोली राही उन्हें जवाब। इस तरह जरा ने जी उन्हों की बाबा साहब के बाद कई होर भी जो उन्होंने अगो आए ने गुलफा उन्होंने भी पंजाबी जबान की सारी सारी यानी कि उन्होंने इस गल इस तरह अहमियत दी पंजाबी जबान सिर्फ लुकाई करके अहमियत दी है कि लुकाई जी है ना उन्होंने उन्होंने गल समझानी कही सी और उस लुकाई का नुकते नजर के नाल ही उन्होंने उनकी गल सारी। जी बिल्कुल जड़ा सूफीज़म है क्योंकि बाबा फरीद जी आप सूफी हुए ने इस मंसूर हुए पहला शम्स तबरेज़ होई हुए मौलाना रूमी जी होई हुए उस तो बाद जे अपा अपने इस खिते की गल करिए ख्वाजा मोइनुद्दीन चिश्ती चिश्ती सिलसिला चलिया उसे तो फिर बाबा फरीद जी अगे होंगे ने फिर हजरत निजामुद्दीन औलिया साहब हुए होंगे ने तो उदों तक जड़िया सारिया सूफिज़म दी जड़िया टीचिंग्स क्योंकि जिथे जिथे सूफी जान पहुंचे ने उन्होंने उत्थे अपना नो डाउट के प्रचार किया होगा सारे करते हैं तो जड़िया उत्थे उन्होंने टीचिंग्स ने उस तो पहला तक इस खिते दे विच वो उन्ना ही बोलियां दे विच पहला मौजूद सन जो भी लिखता मौजूद ने जे हुण मौलाना रूमी होरां दी गल करिए उन्हां दी फारसी दे विच ने या जेड़े भी सूफी होए जे हुण अपने पंजाब दे खिते विच भी पहला आए होणगे ते जिहड़ियां लिखतां सन उह सारियां वह उन्हां बोलियां दे विच सन पर बाबा फरीद जी ने जिवें पंजाबी बोली दे विच उह गल करनी शुरू कीती ते उह जिहड़ा एक इंसानियत दा फलसफा सी उह लोकां दी बोली दे विच लोकां तक जाणा शुरू होया ते उसदा की लोकां दे मनां दे उत्ते कोई वड्डा असर या वक्खरा असर पिया होएगा पहलां नालों? जी बिल्कुल जिहड़ा लोक जिन्हां दी पछाण ही कोई नहीं सी जिन्हां लोगों की कोई तारीख ही कोई नहीं सी जिन्हां दी हिस्ट्री इतिहास ही कोई नहीं सी जिहड़ी एक मिटे लोग सन जिन्हां दी इस धरती दे उत्ते पछाण कोई नहीं सी उन्हां नूं पछाण मिली उन्हां नूं अपने आप का पता लग्या भी असीं भी हैगे हैं इंसान हैगे हैं साडा भी जिहड़ा ने इस दुनिया दे विच कोई साडी गल है यानी कि बाबा साहब ने उन्हां नूं उन्हां दी पछाण कराई कि तुसीं भी इस धरती दे उत्ते मौजूद जे तुहाडा भी जिहड़ा ना उह इस पूरी दुनिया के अंदर जिहड़ियां कौम आबाद ने तुहाडा भी एक सीर हैगा उहदे विच तुहाडा भी एक हिस्सा है उहदे विच और तुसीं अपने आप नूं उस तरीके नाल मनवाओ यानी कि लोगों ने जिहड़ा ना जी उहदे च असीं यानी कि असीं कहिंदे आ कि जिहड़ा सूफीज़म है बुनियादी तौर पर उह ते इहदी हिंदुस्तान के लोगों की सरिश्त उहनां दी नेचर शामिल है क्योंकि ये जिहड़ा सूफीज़म है ना जी उहदी अपनी जिहड़ी है थियालोजी वह भी वखरी है सूफीज़म का कल्चर भी वखरा है मसल मिसाल के तौर पर सूफीज़म जिहड़ा ना जी शरीयत है शरीयत वह खुदा नूं मनदी है इस मादी दुनिया तो इस तो वख एक असीयत उहदी मनदी है कि वह आसमाना के उत्ते लेकिन जो सूफी है रब नूं आसमाना के उत्ते मनण दे बजाय वह लोगों की मनुखता दे दिल च मनदा है कि जिहड़ा इंसान का जिहड़ा दिल है वह रब का अर्श है यानी कि और इंसान उन्हें एक पवित्रता दिती है रब नूं इंसान के दिल से बिठा और ये सूफीज़म का एक जो सब नाल मुढ़ला जो मूल विचार है सूफीज़म का असी की बल्कि कहा जाता है वाहदतुल वजूद कि इस पूरी दुनिया के जो इंसान ने उन्होंने इंसाना की
ਇੱਕ ਹੀ ਉਹ ਹੈ ਉਹਨਾਂ ਦਾ, ਯਾਨੀ ਕਿ ਉਹਨਾਂ ਦਾ ਮੁੱਢ ਇੱਕ ਹੈ, ਉਹਨਾਂ ਦਾ ਉਹ ਹਰ ਇੱਕ ਇਨਸਾਨ ਦੇ ਦਿਲ ਦੇ ਵਿੱਚ ਰੱਬ ਵਸਦਾ ਹੈ। ਅੱਛਾ, ਅਗਰ ਦਿਲ ਦੇ ਵਿੱਚ ਰੱਬ ਵਸਦਾ ਹੈ ਤੇ ਫਿਰ ਕਿਸੇ ਨੂੰ ਕੋਈ ਰੂਹਾਨੀ ਤੌਰ ਦੇ ਉੱਤੇ ਕੋਈ ਸਪਿਰਚੁਅਲੀ ਨਾ ਕੋਈ ਅੱਲ ਹੈ ਤੇ ਨਾ ਕੋਈ ਅਦਨਾ ਹੈ, ਬਲਕਿ ਸਾਰੇ ਇਨਸਾਨ ਸਾਰੇ ਮਜ਼ਹਬਾਂ ਦੇ ਲੋਕ, ਅਗਰ ਹਰ ਮਜ਼ਹਬ ਇਨਸਾਨ ਦੇ ਜੋ ਦਿਲ ਵਿੱਚ ਹੈ ਤੇ ਫਿਰ ਨਾ ਕੋਈ ਹਿੰਦੂ ਦੀ ਤਫਰੀਕ ਰਹਿ ਗਈ, ਨਾ ਕਿਸੇ ਸਿੱਖ ਦੀ, ਨਾ ਮੁਸਲਮਾਨ ਦੀ, ਨਾ ਕ੍ਰਿਸਚਨ ਦੀ। ਯਾਨੀ ਕਿ ਜਿਹੜੀ ਤਫਰੀਕ ਹੈ ਨਾ, ਉਹ ਇੱਕੋ ਜਿੰਨੇ ਇਨਸਾਨ ਇਸ ਵਾਸਤੇ ਪਵਿੱਤਰ ਨੇ, ਉਹਨਾਂ ਦੀ ਰੂਹਾਨੀ ਬਰਾਬਰੀ ਆ ਗਈ ਹੈ ਕਿ ਜਦੋਂ ਸੂਫੀਆਂ ਨੇ ਰੱਬ ਦੇ ਅਰਸ਼ ਨੂੰ ਇਨਸਾਨ ਦਾ ਦਿਲ ਕਰਾਰ ਦਿੱਤਾ। ਅੱਛਾ, ਫਿਰ ਜਿਹੜਾ ਸੀ ਨਾ ਜੀ, ਜਿਵੇਂ ਹੁਣ ਇੱਥੇ ਸਾਡੇ ਜਿਹੜੀ ਬ੍ਰਾਹਮਣ ਤੇ ਸ਼ੂਦਰ ਦਾ ਇੱਕ ਵੰਡ ਸੀ, ਤੇ ਮੁਸਲਮਾਨਾਂ ਦੇ ਵਿੱਚ ਸੱਯਦ ਦੀ ਤੇ ਆਮ ਬੰਦੇ ਦੀ ਇੱਕ ਵੰਡ ਸੀ, ਔਰ ਸੱਯਦ ਨੂੰ ਉਹ ਸੁਪੀਰੀਅਰ ਸਮਝਿਆ ਜਾਂਦਾ ਸੀ, ਜਿਵੇਂ ਕਿ ਬ੍ਰਾਹਮਣ ਨੂੰ ਸੁਪੀਰੀਅਰ ਸਮਝਿਆ ਜਾਂਦਾ ਸੀ। ਇਹ ਵਾਹਦਤੁਲ ਵਜੂਦ ਦਾ ਨਜ਼ਰੀਆ ਜਿਹੜਾ ਨਾ ਜੀ, ਜਿਹੜਾ ਜਿਵੇਂ ਕਿ ਬਾਬਾ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਕਿਹਾ ਕਿ ਹਰ ਮਨ ਮਾਨਕ, ਹਾਂਜੀ, ਸ਼ਾਨ ਮੂਲ ਮਚਾਗੂ ਆ, ਜਿਸ ਤਰੀਕੇ ਨਾਲ ਬਾਬਾ ਸਾਹਿਬ ਨੇ ਇਹਨਾਂ ਨੇ ਪੇਸ਼ ਕੀਤਾ ਹੈ ਕਿ ਹਰ ਇਨਸਾਨ ਸਭ ਮੈਂ ਸੱਚਾ ਦਨੀ, ਇਸ ਤਰੀਕੇ ਨਾਲ ਉਹਨਾਂ ਨੇ ਪੇਸ਼ ਕੀਤਾ ਹੈ ਕਿ ਹਰ ਇਨਸਾਨ ਦੇ ਦਿਲ ਜਿਹੜਾ ਨਾ ਜੀ, ਉਹ ਰੱਬ ਦਾ ਵਾਸ ਹੈ, ਉਹ ਖੁਦਾ ਦੀ ਜਿਹੜੀ ਉਹ ਧਰਤੀ ਹੈ, ਉਹ ਇਨਸਾਨ ਖੁਦਾ ਦਾ ਅਰਸ਼ ਹੈ। ਇਹਦੇ ਨਾਲ ਕੀ ਹੋਇਆ ਕਿ ਜਿਹੜੀ ਵੰਡ ਸੀ, ਜਿਹੜੀ ਊਚ ਨੀਚ ਸੀ ਜਾਤਾਂ ਦੀ, ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਬ੍ਰਹਮ, ਉਹ ਵੀ ਖਤਮ ਹੋ ਗਈ। ਕਿ ਜਦੋਂ ਹਰ ਇੱਕ ਦੇ ਵਿੱਚ ਰੱਬ ਹੈ ਤੇ ਕੋਈ ਕਹਿੰਦੇ ਕਿਸੇ ਨਾਲੋਂ ਜਿਹੜਾ ਸਪਿਰਚੁਅਲੀ ਸੁਪੀਰੀਅਰ ਤੇ ਨਹੀਂ ਹੋਇਆ, ਸਾਰੇ ਇਨਸਾਨ ਰੂਹਾਨੀ ਤੌਰ ਤੇ ਬਰਾਬਰ ਹੋ ਗਏ। ਬਾਬਾ ਸਾਹਿਬ ਦੀ ਜਿਹੜੀ ਬੁਨਿਆਦੀ ਮੁੱਢਲੀ ਤਾਲੀਮ ਹੈ ਕਿ ਜਿਹੜਾ ਜਿਹੜੀ ਕਿ ਵਾਹਦੁਲ ਵਜੂਦ ਅਸੀਂ ਜਿਹਨੂੰ ਕਹਿੰਦੇ ਹਾਂ, ਉਹ ਹੈ ਅਸਲ ਦੇ ਵਿੱਚ ਇਨਸਾਨਾਂ ਦੀ ਬਰਾਬਰੀ ਦੀ ਤਾਲੀਮ। ਉਹ ਕਹਿੰਦੇ ਨੇ ਕਿ ਇਨਸਾਨ ਜਿਹੜਾ ਵੀ ਹੈ ਕੋਈ, ਉਹਦਾ ਕੋਈ ਮਜ਼ਹਬ ਹੈ ਉਹਦੀ ਕੋਈ ਵੰਡ ਨਹੀਂ, ਇਨਸਾਨ ਇਨਸਾਨ ਹੈ। ਇੱਕ ਦੂਜੀ ਜਿਹੜੀ ਸੂਫੀਜ਼ਮ ਦੀ ਜਿਹੜੀ ਗੱਲ ਹੈ ਨਾ ਜੀ, ਉਹਦੇ ਚ ਇੱਕ ਹੋਰ ਬੜੀ ਇੱਕ ਬੜਾ ਅਹਿਮ ਇੱਕ ਨੁਕਤਾ ਹੈ, ਉਹ ਇਹ ਕਿ ਉਹ ਕਹਿੰਦੇ ਨੇ ਕਿ ਜਦੋਂ ਮੰਜ਼ਿਲ ਇੱਕ ਹੋਵੇ, ਜਦੋਂ ਇੱਕ ਮੰਜ਼ਿਲ ਤੇ ਜਾਣਾ ਹੋਵੇ ਤੇ ਰਸਤੇ ਉਹਦੇ ਕਈ ਹੋਣ ਜਾਣ ਵਾਸਤੇ, ਤੇ ਕਿਸੇ ਰਸਤੇ ਨੂੰ ਦੂਜੇ ਰਸਤੇ ਦੇ ਉੱਤੇ ਕੋਈ ਵਡਿਆਈ ਹਾਸਲ ਨਹੀਂ। ਯਾਨੀ ਕਿ ਅਸਲ ਅਸਲ ਤੁਹਾਡਾ ਜਿਹੜਾ ਹੈ ਮੰਜ਼ਿਲ, ਤੁਸੀਂ ਮੰਜ਼ਿਲ ਤੀਕ ਪਹੁੰਚਣਾ ਹੈ, ਤੇ ਜਿਹੜੇ ਵੀ ਰਸਤਾ ਤੁਸੀਂ ਇਖਤਿਆਰ ਕਰ ਲਓ, ਕੋਈ ਵੀ ਰਸਤਾ ਤੁਸੀਂ ਅਡੋਪਟ ਕਰੋ, ਉਹ ਸਾਰੇ ਕਿਸੇ ਇੱਕ ਰਸਤੇ ਨੂੰ ਕਿਸੇ ਦੂਜੇ ਰਸਤੇ ਤੇ ਕੋਈ ਅਹਿਮੀਅਤ ਵਡਿਆਈ ਹਾਸਲ ਨਹੀਂ ਹੈ। ਸਾਰੇ ਰਸਤੇ ਵੀ ਬਰਾਬਰ ਨੇ, ਇਸ ਵਾਸਤੇ ਉਹਨਾਂ ਨੇ ਧਰਮਾਂ ਦੀ ਬਰਾਬਰੀ ਨੂੰ ਵੀ ਮੰਨਿਆ ਤੇ ਇਨਸਾਨਾਂ ਦੀ ਬਰਾਬਰੀ ਨੂੰ ਵੀ ਮੰਨਿਆ ਕਿ ਇਨਸਾਨ ਜਿਹੜਾ ਹੈ ਉਹ ਅਸਲ ਦੇ ਵਿੱਚ ਉਹਦੀ ਹੈਸੀਅਤ ਹੈ, ਇਸ ਕਾਇਨਾਤ ਦੇ ਅੰਦਰ ਇਨਸਾਨ ਦੀ ਮਰਕਜ਼ੀ ਹੈਸੀਅਤ ਹੈ, ਇਨਸਾਨ ਦੇ ਕੋਲ ਜਿਹੜਾ ਨਾ ਜੀ ਉਹ ਖੁਦਾ ਜਿਹੜਾ ਨਾ। ਅੱਛਾ, ਫਿਰ ਇੱਕ ਹੋਰ ਜਿਹੜਾ ਸੂਫੀਜ਼ਮ ਦਾ ਦੀ ਇੱਕ ਵਡਿਆਈ ਹੈ ਕਿ ਤੁਹਾਨੂੰ ਪਤਾ ਵੀ ਆਪਾਂ ਪੰਜਾਬ ਦੇ ਲੋਕ ਜਿਹੜੇ ਆ ਉਹ ਕਿਸੇ ਖੁਸ਼ੀ ਦੀ ਨੂੰ ਸਾਂਝੀ ਕਰਨ ਵਾਸਤੇ ਮਠਿਆਈ ਵੰਡਦੇ ਹਾਂ, ਤੇ ਜਿਹੜਾ ਸੀ ਸ਼ਰੀਅਤ ਦੇ ਹਿਸਾਬ ਨਾਲ, ਜਾਂ ਮਤਲਬ ਸਬਰ ਇਸ ਤਰ੍ਹਾਂ ਬਣਦਾ ਸੀ, ਉਹਦਾ ਇੱਕ ਸੰਕਲਪ ਸੀ ਰੱਬ ਦਾ ਬੰਦਾ ਕਿ ਉਹ ਬੜਾ ਜਿਹੜਾ ਨਾ ਜੀ ਉਹ ਸਜ਼ਾ ਦਿੰਦਾ ਹੈ ਕਿਸੇ ਗੱਲ ਦੇ ਉੱਤੇ ਤੇ ਉਹ ਕਰਦਾ ਹੈ। ਤੇ ਲੇਕਿਨ ਬਾਬਾ ਫਰੀਦ ਨੇ ਆਖਿਆ ਕਿ ਚੱਕਰ ਖੰਡ ਨਿਵਾਤ ਗੁੜ ਮੱਖਿਉ ਮਾਝਾ ਦੁੱਧ ਤੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਦੁੱਧ। ਉਹਨੇ ਰੱਬ ਨੂੰ ਉਹਨਾਂ ਨੇ ਖੁਸ਼ੀਆਂ ਨੂੰ ਸਾਂਝੇ ਕਰਨ ਵਾਲੀ ਇੱਕ ਸ਼ੈ ਦੇ ਤੌਰ ਦੇ ਉੱਤੇ ਪੇਸ਼ ਕੀਤਾ ਹੈ, ਨਾ ਕਿ ਕੋਈ ਡਰਾਉਣ ਵਾਲਾ ਪੇਸ਼ ਕੀਤਾ ਹੈ ਕਿ ਜਿਹੜਾ ਨਾ ਜੀ ਉਹ ਕੂੜੇ ਲੈ ਕੇ ਖਲੋਤਾ ਹੈ ਔਰ ਤੁਹਾਡੇ ਨਾਲ ਹੈ ਨਾ ਜੀ। ਯਾਨੀ ਕਿ ਸੂਫੀਜ਼ਮ ਜਿਹੜਾ ਹੈ ਉਹਨੂੰ ਸ਼ਰੀਅਤ ਤੋਂ ਥੋੜਾ ਜਿਹਾ ਵੱਖ, ਇੱਕ ਤੇ ਉਹਦੀ ਮਨੁੱਖਤਾ ਦੀ ਗੱਲ ਕਰਦਾ, ਇਨਸਾਨੀਅਤ ਦੀ ਗੱਲ ਕਰਦਾ, ਧਰਮਾਂ ਦੀ ਬਰਾਬਰੀ ਦੀ ਗੱਲ ਕਰਦਾ, ਕਿਸੇ ਧਰਮ ਨੂੰ ਕਿਸੇ ਧਰਮ ਤੋਂ ਵੱਡਾ ਨਹੀਂ ਸਮਝਦਾ। ਇਨਸਾਨ ਜਿਹੜਾ ਹੈ ਉਹਨਾਂ ਦੇ ਕੋਈ ਵੀ ਤਫਰੀਕ ਹੈ ਉਹਨੂੰ ਨਹੀਂ ਮੰਨਦਾ। ਯਾਨੀ ਕਿ ਇਨਸਾਨਾਂ ਦੇ ਦਰਮਿਆਨ ਜਿਹੜੀ ਕੋਈ ਬਾਇਓਲੋਜੀਕਲ ਵੰਡ ਹੈ, ਜਾਤ ਪਾਤ ਦੀ ਕੋਈ ਵੰਡ ਹੈ, ਕੋਈ ਰੂਹਾਨੀ ਬਤਰੀ ਦੀ ਸੁਪੀਰੀਅਰਿਟੀ ਦੀ ਗੱਲ ਹੈ, ਉਹਨੂੰ ਉਹ ਨਹੀਂ ਮੰਨਦੇ ਸੂਫੀ ਜਿਹੜਾ ਨਾ ਜੀ, ਉਹਨੂੰ ਨਹੀਂ ਮੰਨਦਾ ਸੂਫੀ ਇਨਸਾਨਾਂ ਨੂੰ ਇਸ ਤਰੀਕੇ। ਇੱਕ ਦੂਜੀ ਗੱਲ ਸੂਫੀ ਦੀ ਖਸੂਸੀਅਤ ਇਹ ਹੈ ਕਿ ਸੂਫੀ ਕਹਿੰਦੇ ਉਹਨੂੰ ਨੇ ਜਿਹੜਾ ਦਰਬਾਰ ਦੇ ਮੁਕਾਬਲੇ ਚ ਲੁਕਾਈ ਨਾਲ ਖਲੋਤਾ ਹੋਵੇ, ਠੀਕ ਹੈ ਨਾ ਜੀ। ਕੋਈ ਵੀ ਸੂਫੀ ਐਸਾ ਨਹੀਂ ਜਿਹਨੇ ਕਿ ਦਰਬਾਰ, ਜਿਹੜੇ ਲੋਕ ਦਰਬਾਰ ਦੇ ਨਾਲ ਜੁੜੇ ਹੋਏ ਸਨ ਤੇ ਉਹਨੂੰ ਸੂਫੀ ਆਪਣੇ ਆਪ ਨੂੰ ਕਲਵਾਉਂਦੇ ਸਨ, ਉਹਨਾਂ ਨੇ ਫਿਰ ਜਿਹੜਾ ਨਾ ਜੀ ਉਹ ਸ਼ਰੀਅਤ ਦੀ ਗੱਲ ਕੀਤੀ ਹੈ, ਤੇ ਜਿਹੜੇ ਲੋਕ ਸੂਫੀ ਸਨ ਤੇ ਉਹ ਦਰਬਾਰ ਨਾਲ ਨਹੀਂ ਜੁੜੇ ਹੋਏ ਸਨ, ਉਹ ਜਿਹੜੇ ਲੁਕਾਈ ਨਾਲ ਜੁੜੇ ਹੋਏ ਸਨ, ਉਹਨਾਂ ਨੇ ਆਪਣੀ ਆਪ ਦੀ ਪਛਾਣ ਜਿਹੜੀ ਹੈ ਉਹ ਲੁਕਾਈ ਨਾਲ ਕਰਵਾਈ ਹੈ, ਦਰਬਾਰ ਦੇ ਮੁਕਾਬਲੇ ਵਿੱਚ ਬਾਹਰ ਉਹ ਆਮ ਬੰਦੇ ਨਾਲ ਖੋਤੇ ਹੋਏ ਨੇ ਔਰ ਇਨਸਾਨਾਂ ਦੀ ਬਰਾਬਰੀ ਦੀ ਗੱਲ ਕਰਦੇ ਨੇ। ਉਦਾਹਰਨ ਨੂੰ ਜਿਹੜਾ ਨਾ ਜੀ ਉਹ ਮਤਲਬ ਉਹਨਾਂ ਨੇ ਜਿਹੜੀ ਆਪਣੀ ਥਿਆਲੋਜੀ ਸਰਜੀ ਹੈ, ਉਹਨਾਂ ਨੇ ਆਪਣੀ ਇੱਕ ਰੱਬ ਸਾਰ ਜਿਹਨੂੰ ਅਸੀਂ ਕਹਿੰਦੇ ਮੇਲਾ ਯਾਦ ਜਿਹੜਾ ਹੈ ਉਹ ਸਰਜਿਆ, ਉਹ
ਦੀ ਬੁਨਿਆਦ ਵੀ ਉਹਨਾਂ ਨੇ ਆਪਣੇ ਦੌਰ ਦੇ ਉੱਤੇ ਰੱਖੀ ਹੈ। ਯਾਨੀ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜਾ ਹੈ ਨਾ ਜੀ ਕਿਸੇ ਵੀ ਸ਼ਰੀਅਤ ਦਾ ਕੋਈ ਸੂਫੀ ਕਿਸੇ ਸ਼ਰੀਅਤ ਦਾ ਇਸ ਤਰੀਕੇ ਨਾਲ ਪਾਬੰਦ ਹੁੰਦਾ ਹੈ, ਇਸ ਤਰੀਕੇ ਦੇ ਨਾਲ ਮੌਲਵੀ ਪਾਬੰਦ ਹੁੰਦਾ ਹੈ ਜਾਂ ਆਲਮ ਕੋਈ ਪਾਬੰਦ ਹੁੰਦਾ ਹੈ। ਬਾਬਾ ਸਾਹਿਬ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਜਿਹੜੀ ਰੀਤ ਰੱਖੀ ਹੈ ਫਿਲੋਸਫੀਕਲੀ, ਜਿਹੜੀ ਰੀਤ ਰੱਖੀ ਹੈ ਇਨਸਾਨਾਂ ਦੇ ਦਰਮਿਆਨ ਏਕਤਾ ਦੀ, ਸਭਨਾਮਾ ਸੱਚਾ ਦਨੀ, ਔਰ ਇਸ ਤਰੀਕੇ ਨਾਲ ਜਿਹੜੀ ਨਾ ਜੀ ਫਿਰ ਉਹਨਾਂ ਨੇ ਦੱਸਿਆ ਕਿ ਭਗਤੀ ਕੀ ਹੈ। ਉਹਨਾਂ ਨੇ ਦੱਸਿਆ ਕਿ ਜਿਹੜਾ ਨਾ ਜੀ ਇਨਸਾਨਾਂ ਦੇ ਤੁਸੀਂ ਰੱਬ ਤੱਕ ਪਹੁੰਚ ਸਕਦੇ ਜੇ ਇਨਸਾਨਾਂ ਦੀ ਸੇਵਾ ਕਰਕੇ, ਜਿਹੜੇ ਕਿ ਤੁਸੀਂ ਇਬਾਦਤ ਦੇ ਜ਼ਰੀਏ ਇੱਕ ਹੈ ਨਾ ਜੀ ਇੱਕ ਸ਼ਰੀਅਤ ਦਾ ਗੱਲ ਕਿ ਤੁਸੀਂ ਇਬਾਦਤ ਕਰਕੇ ਰੱਬ ਨੂੰ ਹਾਸਲ ਕਰ ਸਕਦੇ ਜੇ। ਲੇਕਿਨ ਸੂਫੀਆਂ ਨੇ ਜਿਹੜਾ ਹੈ ਜਿਹੜੀ ਜਦੋਂ ਕਿ ਖੁਦਾ ਦੇ ਅਰਸ਼ ਨੂੰ ਅਸਮਾਨ ਦੀ ਬਜਾਏ ਇਨਸਾਨਾਂ ਦੇ ਦਿਲ ਤੇ ਲੈ ਕੇ ਆਉਂਦਾ ਹੈ, ਉਹਦਾ ਮਤਲਬ ਇਹ ਹੈ ਕਿ ਤੁਸੀਂ ਲੁਕਾਈ ਦੀ ਸੇਵਾ ਕਰਕੇ ਰੱਬ ਤੱਕ ਪਹੁੰਚ ਸਕਦੇ। ਇਬਾਦਤ ਤੁਸੀਂ ਜੋ ਭਲੇ ਜੋ ਮਰਜ਼ੀ ਕਰਦੇ ਰਹੋ, ਲੇਕਿਨ ਰੱਬ ਉਹਨੂੰ ਮਿਲਣਾ ਹੈ ਜਿਹੜਾ ਕਿ ਲੁਕਾਈ ਦੀ ਸੇਵਾ ਦੇ ਰਾਹੀਂ ਰੱਬ ਨੂੰ ਲੱਭੇ। ਇਹ ਉਹਨਾਂ ਦਾ ਇੱਕ ਬੁਨਿਆਦੀ ਗੱਲ ਹੈ। ਸੂਫੀ ਜਿਹੜਾ ਹੈ ਨਾ ਜੀ ਇੱਕ ਤੇ ਯੂਰਪ ਵੱਲੋਂ ਨਹੀਂ ਆਇਆ, ਇਸ ਵਿੱਚ ਗੱਲ ਇਹ ਹੈ ਕਿ ਸੂਫੀ ਜਿਹੜਾ ਹੈ ਨਾ ਜੀ ਉਹ ਹਿੰਦੀ ਰੀਤ ਵਿੱਚ ਵੀ ਮੌਜੂਦ ਹੈ, ਯੂਨਾਨੀ ਰੀਤ ਵਿੱਚ ਵੀ ਮੌਜੂਦ ਹੈ, ਔਰ ਅੱਛਾ ਜਿਹੜਾ ਮਿਸਟਿਸਿਜ਼ਮ ਹੈ ਜਿਹੜਾ ਯੂਰਪੀ ਮਿਸਟਿਸਿਜ਼ਮ ਹੈ ਉਹ ਅਸਲ ਦੇ ਵਿੱਚ ਕੈਥੋਲਿਕਿਜ਼ਮ ਇੱਕ ਸ਼ਾਖ ਹੈਗੀ ਹੈ। ਯਾਨੀ ਕਿ ਕੈਥੋਲਿਕਿਜ਼ਮ ਜਿਹੜਾ ਸੀ ਰੋਮਨ ਕੈਥੋਲਿਕਿਜ਼ਮ, ਯਾਨੀ ਕਿ ਉਹਦੀ ਇੱਕ ਸ਼ਾਖ ਹੈਗੀ ਹੈ, ਉਹਨੂੰ ਉਹ ਮਿਸਟਿਸਿਜ਼ਮ ਕਹਿੰਦੇ ਨੇ। ਉਹ ਬਿਲਕੁਲ ਹੀ ਸ਼ਰੀਅਤ ਦੇ ਨਾਲ ਹੈਗੀ। ਲੇਕਿਨ ਜਿਹੜਾ ਸਾਡੇ ਜਿਹੜਾ ਮੁਸਲਮਾਨਾਂ ਦੀ ਰੀਤ ਹੈਗੀ ਸੂਫੀਆਂ ਦੀ, ਉਹ ਸੂਫੀ ਉਹ ਮਿਸਟਿਕ ਨਹੀਂ ਹੈਗਾ। ਇਹਨਾਂ ਨੇ ਤਰਜਮਾ ਕਰਕੇ ਨਾ ਸੂਫੀ ਦਾ, ਯਾਨੀ ਕਿ ਇੱਥੇ ਅਗਰ ਕੋਈ ਇਨਲਾਈਟਨਮੈਂਟ ਕੋਈ ਰੋਸ਼ਨ ਖਿਆਲੀ ਅਗਰ ਹੈਗੀ ਸੀ ਤਾਂ ਸ਼ਰੀਅਤ ਦੇ ਮੁਕਾਬਲੇ ਦੇ ਵਿੱਚ ਉਹ ਸੂਫੀਆਂ ਨੇ ਇੱਥੇ ਪੈਦਾ ਕੀਤਾ। ਯਾਨੀ ਕਿ ਯੂਰਪ ਦਾ ਜਿਹੜਾ ਮਿਸਟਿਸਿਜ਼ਮ ਹੈ ਰੋਮਨ ਕੈਥੋਲਿਕਿਜ਼ਮ ਦਾ ਹਿੱਸਾ ਹੈ, ਲੇਕਿਨ ਜਿਹੜਾ ਜਿਹੜਾ ਬਾਬਾ ਫਰੀਦ ਮੁਸਲਮਾਨਾਂ ਦਾ ਜਿਹੜਾ ਸੂਫੀਜ਼ਮ ਹੈ ਇਹ ਸ਼ਰੀਅਤ ਦੇ ਥੋੜੇ ਜਿਹਾ ਮੁਕਾਬਲੇ ਚ ਖਲੋਤਾ ਹੈ। ਯਾਨੀ ਕਿ ਇਹ ਲੁਕਾਈ ਨਾਲ ਜੁੜਿਆ ਹੈ। ਇਹ ਇਹਨਾਂ ਦੀ ਮੈਟਾਫਿਜ਼ਿਕਸ ਇਸ ਤਰ੍ਹਾਂ ਦੀ ਨਹੀਂ ਹੈ ਕਿ ਜਿਹੜੀ ਲੋਕਾਂ ਦੇ ਉਹਦੇ ਹੱਕ ਮਾਰ ਲਵੇ ਜਾਂ ਲੋਕਾਂ ਨੂੰ ਕਿਸੇ ਬਾਦਸ਼ਾਹ ਦੇ ਹਕੂਕ ਜਿਹੜੇ ਨੇ ਹੱਕ ਜਾ ਕੇ ਦੇਵੇ। ਮਸਲਨ ਉਸ ਜ਼ਮਾਨੇ 'ਚ ਬਾਬਾ ਸਾਹਿਬ ਦੇ ਜ਼ਮਾਨੇ 'ਚ ਵੀ ਖੁਤਬਾ ਜਿਹੜਾ ਸੀ ਉਹ ਪੜਿਆ ਜਾਂਦਾ ਸੀ ਵੀ ਜਿਹੜਾ ਰੱਬ ਦਾ ਪਰਛਾਵਾਂ ਹੈ, ਬਾਦਸ਼ਾਹ ਜਿਹੜਾ ਰੱਬ ਦਾ ਪਰਛਾਵਾਂ ਹੈ। ਇਹ ਇੱਕ ਸ਼ਰਈ ਤੌਰ ਤੇ ਇੱਕ ਸ਼ਰੀਅਤ ਦੇ ਹਿਸਾਬ ਨਾਲ ਸੀ। ਬਾਬਾ ਫਰੀਦ ਕਹਿੰਦੇ ਨੇ ਵੀ ਜਿਹੜੇ ਬੰਦਾ ਦਰਬਾਰ 'ਚ ਜਾਂਦਾ ਹੈ, ਜਿਹੜਾ ਲੋਕ ਜਿਹੜੇ ਲੋਕ ਬਾਦਸ਼ਾਹਾਂ ਦੀ ਸੁਭ 'ਚ ਜਾਂਦਾ ਹੈ ਉਹਦਾ ਦਿਲ ਮੁਰਦਾ ਹੋ ਜਾਂਦਾ ਹੈ। ਇਸ ਵਾਸਤੇ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਰੱਖੋ ਤੇ ਲੁਕਾਈ ਨਾਲ ਜੋੜ ਕੇ ਰੱਖੋ। ਇਸ ਵਾਸਤੇ ਜਿਹੜੀ ਯੂਰਪ ਦਾ ਮਿਸਟਿਸਿਜ਼ਮ ਹੈ ਉਹਦੇ ਤੇ ਜਿਹੜੀ ਹਿੰਦੀ ਰੀਤ ਹੈ ਸੂਫੀਜ਼ਮ ਦੀ, ਇਹਦੇ 'ਚ ਬੜਾ ਫਰਕ ਹੈ। ਅੱਛਾ, ਜਿਹੜਾ ਇੱਕ ਅਲਾਮਾ ਇਕਬਾਲ ਜਿਹੜੇ ਸਰ ਉਹਨਾਂ ਦਾ ਇੱਕ ਉਸਤਾਦ ਸੀ ਸਰ ਥੋਮਸ ਆਰਨਲਡ, ਉਹ ਕਿਤਾਬ ਲਿਖੀ ਸੀ ਦ ਪ੍ਰੀਚਿੰਗ ਆਫ ਇਸਲਾਮ। ਉਸ ਕਿਤਾਬ ਦੇ ਅੰਦਰ ਪਹਿਲੀ ਵਾਰੀ ਉਹਨਾਂ ਜ਼ਿਕਰ ਕੀਤਾ ਹੈ ਕਿ ਜਿਹੜਾ ਨਾ ਜੀ ਸੂਫੀਆਂ ਨੇ ਇੱਥੇ ਇਸਲਾਮ ਫੈਲਾਇਆ। ਅੱਛਾ, ਸੂਫੀ ਜਿਹੜੇ ਸਨ ਨਾ ਜੀ ਉਹ ਕੋਈ ਤਲਵਾਰ ਲੈ ਕੇ ਇਸਲਾਮ ਨਹੀਂ ਫੈਲਾਉਂਦੇ ਸਨ, ਉਹ ਤਾਂ ਆਪਦੀ ਦਰਗਾਹ ਦੇ ਉੱਤੇ ਖਾਨਕਾਹ ਦੇ ਵਿੱਚ ਬੈਠੇ ਰਹਿੰਦੇ ਸਨ। ਲੋਕ ਉਹਨਾਂ ਦੇ ਕਿਰਦਾਰ ਤੋਂ ਮੁਤਾਸਰ ਹੋ ਗਏ, ਕਿਰਦਾਰ ਤੋਂ ਵੇਖ ਕੇ ਉਹਨਾਂ ਜਨ ਨੂੰ ਕਿ ਉਹ ਇਸਲਾਮ ਕਬੂਲ ਕਰ ਲੈਂਦੇ ਸਨ। ਵਰਨਾ ਉਹਨਾਂ ਨੇ ਇਸ ਤਰੀਕੇ ਨਾਲ ਨਹੀਂ ਜਾ ਕੇ ਕੀਤਾ ਜਿਵੇਂ ਕਿ ਕਿਸੇ ਨੂੰ ਜਾ ਕੇ ਕਿਹਾ ਹੋਵੇ ਵੀ ਤੂੰ ਆਪਣਾ ਮਜ਼ਹਬ ਤਬਦੀਲ ਕਰ ਲੈ। ਯਾਨੀ ਕਿ ਸੂਫੀ ਜਿਹੜਾ ਹੈ ਉਹ ਕਿਸੇ ਬੰਦੇ ਨੂੰ ਮਜ਼ਹਬ ਤਬਦੀਲ ਕਰਨ ਦਾ ਵੀ ਕਾਇਲ ਨਹੀਂ। ਲੇਕਿਨ ਕਿਉਂਕਿ ਜਿਹੜੀਆਂ ਰੀਤਾਂ ਇਸ ਤਰ੍ਹਾਂ ਦੀਆਂ ਬਣ ਗਈਆਂ ਨੇ ਔਰ ਉਹਨੂੰ ਫਿਰ ਰਾਜਨੀਤਿਕ ਜਿਹੜਾ ਨਾ ਜੀ ਸਭਾ 'ਚ ਇਸਤੇਮਾਲ ਕੀਤਾ ਜਾਂਦਾ ਹੈ ਕਿ ਸੂਫੀਆਂ ਨੇ ਇਸਲਾਮ ਫੈਲਾਇਆ ਇੱਥੇ। ਸੂਫੀ ਕੋਈ ਸੂਫੀ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਨਹੀਂ ਕੀਤੀ, ਉਹ ਤਾਂ ਆਪਣੀ ਦਰਗਾਹ ਦੇ ਵਿੱਚ ਬੈਠਾ ਹੈ, ਲੋਕ ਉਹਨਾਂ ਦੇ ਕੋਲ ਆਉਂਦੇ ਸਨ, ਉਹਨਾਂ ਦੇ ਕੋਲ ਫੈਜ਼ ਲੈਂਦੇ ਸਨ, ਉਹਨਾਂ ਦੇ ਕੋਲ ਉਹਨਾਂ ਦੀ ਤਾਲੀਮਾਤ ਲੈਂਦੇ ਸਨ, ਉਹਨਾਂ ਦੇ ਕਿਰਦਾਰ ਤੋਂ ਮੁਤਾਸਰ ਹੋ ਕੇ ਮੁਸਲਮਾਨ ਹੋ ਜਾਂਦੇ ਸਨ। ਇਵੇਂ ਜਿਹੜਾ ਨਾ ਜੀ ਉਹ ਇਸ ਵਾਸਤੇ ਕੁਛ ਚੀਜ਼ਾਂ ਐਸੀਆਂ ਜਿਹੜੀਆਂ ਨੇ ਉਹ। ਅੱਛਾ, ਦੂਸਰਾ ਇੱਕ ਹੋਰ ਗੱਲ ਜਿਹੜੀ ਹੈ ਉਹ ਇਹ ਹੈਗੀ, ਜਿਹੜਾ ਸੂਫੀ ਲਫ਼ਜ਼ ਹੈ ਨਾ ਸੂਫੀ, ਉਹ ਅਸਲ ਵਿੱਚ ਜਿਹੜਾ ਇੱਕ ਹਿੰਦੁਸਤਾਨ ਦੀ ਜਿਹਨੇ ਲਿਖੀ ਸੀ ਨਾ ਤਾਰੀਖ ਅਲ ਬੈਰੂਨੀ, ਯਾਨੀ ਕਿ ਹਿੰਦੁਸਤਾਨ ਦੇ ਉੱਤੇ ਜਿਹੜਾ ਸਭ ਨਾਲੋਂ ਪਹਿਲੇ ਵਾਲਾ ਮੁਸਲਮਾਨ ਹੈ ਉਹ ਹੈਗਾ ਹੈ ਇੱਕ ਜਿਹੜਾ, ਉਹਦਾ ਨਾਂ ਹੈ ਅਲ ਬੈਰੂਨੀ। ਬੈਰੂਨੀ ਨੇ ਲਿਖਿਆ ਕਿ ਜਿਹੜਾ ਸੂਫੀ ਲਫ਼ਜ਼ ਹੈ ਇਹ ਯੂਨਾਨੀ ਲਫ਼ਜ਼ ਫਿਲੋਸਫੀ ਦਾ ਹਿੱਸਾ ਹੈ। ਯਾਨੀ ਕਿ ਸੂਫੀ ਜਿਹੜਾ ਹੈ ਨਾ ਜੀ ਯੂਨਾਨੀ ਲਫ਼ਜ਼ SOPHI ਸੂਫੀ, ਯਾਨੀ ਕਿ ਜਿਹਦਾ ਮਤਲਬ ਹੈ ਸਰਚ ਆਫ ਵਿਜ਼ਡਮ, ਯਾਨੀ ਕਿ ਇਹ ਵਿਜ਼ਡਮ ਇਸ ਤੋਂ ਮੁਰਾਦ ਹੈ। ਤੇ ਜਦੋਂ ਤੀਕਰ ਅਰਬੀਆਂ ਦੇ ਤਰਜਮੇ ਯੂਨਾਨੀਆਂ ਦੇ ਤਰਜਮੇ ਅਰਬੀ ਵਿੱਚ ਨਹੀਂ ਹੋਏ, ਉਨੀ ਦੇਰ ਤੀਕਰ ਸੂਫੀ ਦਾ ਤਸੱਵਫ਼ ਦਾ ਲਫ਼ਜ਼ ਇਸਤੇਮਾਲ ਨਹੀਂ ਹੋਇਆ। ਤਸੱਵਫ਼ ਦਾ ਲਫ਼ਜ਼ ਇਸਲਾਮੀ ਲਿਖਤਾਂ 'ਚ ਉਦੋਂ ਵਰਤਣਾ ਸ਼ੁਰੂ ਹੋਇਆ ਹੈ ਜਦੋਂ ਕਿ ਜਿਹੜੇ ਯੂਨਾਨੀ ਫਲਸਫੇ ਦੇ ਤਰਜਮੇ ਹੋਏ ਨੇ ਵਿੱਚ, ਔਰ ਉਸ ਦੇ ਅਸਰ ਨਾਲ
ਉਸਦੇ ਪ੍ਰਭਾਵ ਨਾਲ ਜਿਹੜਾ ਨਾ ਜੀ ਉਹ ਇੱਕ ਲਫ਼ਜ਼ ਤਸੱਵਵ ਨਿਕਲਿਆ ਹੈ। ਤਸੱਵਵ ਵੀ ਜਿਹੜਾ ਅਸਲ ਵਿੱਚ ਅਗਰ ਤੁਸੀਂ ਕਹੋ ਨਾ ਜੀ ਇਹਨੂੰ ਮੈਂ ਦੋ ਚਾਰ ਲਫ਼ਜ਼ਾਂ ਬਿਆਨ ਕਰਾਂ ਹਾਂਜੀ ਤੇ ਤਸੱਵਵ ਅਸਲ ਇੱਕ ਪ੍ਰੋ ਪੀਪਲ ਮੈਟਾਫਿਜ਼ਿਕਸ ਹੈ, ਯਾਨੀ ਕਿ ਲੁਕਾਈ ਪੱਖ ਦੀ ਜਿਹੜੀ ਹੈ ਨਾ ਉਹ ਮਤਲਬ ਇਹ ਕਿ ਮੈਟਾਫਿਜ਼ਿਕਸ ਦਾ ਪਤਾ ਨਹੀਂ ਤਰਜਮਾ ਪੰਜਾਬੀ ਉਧਰ ਕੀ ਕਰਦੇ ਨੇ, ਯਾਨੀ ਕਿ ਜਿਹੜੀ ਪ੍ਰੋ ਪੀਪਲ ਮੈਟਾਫਿਜ਼ਿਕਸ ਹੈ, ਯਾਨੀ ਕਿ ਜਿਹੜੀ ਪ੍ਰੋ ਪੀਪਲ ਮੈਟਾਫਿਜ਼ਿਕਸ ਹੈ ਇਹ ਅਸਲ ਵਿੱਚ ਸੂਫੀਜ਼ਮ ਹੈ। ਔਰ ਇੱਥੇ ਤੁਸੀਂ ਕੋਈ ਵੀ ਸੂਫੀ ਵੇਖ ਲਓ, ਉਹਨੇ ਇਨਸਾਨਾਂ ਦੀ ਗੱਲ ਕੀਤੀ ਹੈ, ਉਹਨੇ ਇਨਸਾਨਾਂ ਦੇ ਮਸਲਿਆਂ ਦੀ ਗੱਲ ਕੀਤੀ ਹੈ, ਏਕਤਾ ਦੀ ਗੱਲ ਕੀਤੀ ਹੈ, ਉਹਨਾਂ ਨੇ ਊਚ ਨੀਚ ਨੂੰ ਮਿਟਾਉਣ ਦੀ ਗੱਲ ਕੀਤੀ ਹੈ, ਬਿਲਕੁਲ ਦੁਨੀਆਂ ਨੂੰ ਸਵਾਰਨ ਦੀ ਗੱਲ ਕੀਤੀ ਹੈ। ਔਰ ਬਾਬਾ ਫਰੀਦ ਜਿਹੜੇ ਨੇ ਉਹਨਾਂ ਦੀ ਸ਼ਾਇਰੀ ਜ਼ਿਆਦਾ ਫਿਲੋਸਫਿਕ ਹੈ, ਯਾਨੀ ਕਿ ਸਾਰਿਆਂ ਨਾਲੋਂ ਜਿਹੜਾ ਹੈ ਉਹ ਜ਼ਿਆਦਾ ਉਹਦੇ ਚ ਫਿਲੋਸਫਿਕ ਕੰਟੈਂਟ ਜ਼ਿਆਦਾ ਹੈ ਉਹਦੇ ਚ। ਮਿਸਾਲ ਦੇ ਤੌਰ ਤੇ ਉਹ ਜਿਹੜਾ ਨਾ ਜੀ ਉਹਨਾਂ ਨੇ ਜਿਹੜਾ ਸਿੰਬੋਲਿਕ ਇਸ ਇਲਾਕੇ ਦੀ ਜਿਹੜੀ ਇੱਥੋਂ ਦੀਆਂ ਜਿਹੜਾ ਲੈਂਡਸਕੇਪ ਹੈ ਉੱਥੋਂ ਦੀ ਚੀਜ਼ਾਂ ਨੂੰ ਵਰਤ ਕੇ ਤੇ ਉਹਨਾਂ ਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮਸਲ ਸਾਡੇ ਨਾਲ ਜਿਹੜਾ ਨਾ ਜੀ ਨਾਲ ਹੀ ਦਰਿਆ ਸਤਲੁਜ ਵਗਦਾ ਹੈ ਬਾਗ ਪਤਨ ਦੇ ਨਾਲ, ਤੇ ਜਦੋਂ ਸੈਲਾਬ ਆਉਂਦਾ ਹੈ ਨਾ ਜਾਂ ਜਦੋਂ ਮਤਲਬ ਉਹਦੇ ਚ ਪਾਣੀ ਆਉਂਦਾ ਹੈ ਤੇ ਉਹਦੀ ਜਿਹੜੇ ਕਿਨਾਰੇ ਨੇ ਉਹ ਥੱਲੋ ਮਿੱਟੀ ਕੱਟ ਕੇ ਨਾ ਕਿਨਾਰਾ ਜਿਹੜਾ ਸੈਲਾਬ ਹੈ ਤੇ ਉਹ ਡਿੱਗਦਾ ਰਹਿੰਦਾ ਉੱਤੇ, ਮਿੱਟੀ ਉਹਦੇ ਵਿੱਚ ਡਿੱਗਦੀ ਰਹਿੰਦੀ। ਫਰੀਦ ਦਾ ਮੌਤ ਦਾ ਬੰਨਾ ਇਵੇਂ ਇਵੇਂ ਦਿਸੇ ਜਿਵੇਂ ਦਰਿਆ ਵਿੱਚ ਡਾਹ, ਅਸੀਂ ਉਹਨੂੰ ਕਹਿੰਦੇ ਡਾਹ ਲੱਗ ਗਈ ਹੈ ਦਰਿਆ ਨੂੰ। ਡਾਹ ਦਾ ਮਤਲਬ ਇਹ ਕਿ ਦਰਿਆ ਨਾ ਜੀ ਕੱਟ ਕੱਟ ਕੇ ਨਾ ਜਿਹੜਾ ਅਸੀਂ ਥੱਲੋਂ ਯਾਨੀ ਕਿ ਥੱਲੋਂ ਰੇਤ ਵਾਲਾ ਹਿੱਸਾ ਕੱਟ ਕੱਟ ਕੇ ਤੇ ਉੱਤੋਂ ਵੱਡੀਆਂ ਵੱਡੀਆਂ ਖੰਮਾਂ ਉਹਦੇ ਵਿੱਚ ਡਿੱਗ ਪੈ ਗਈਆਂ। ਉਹਨਾਂ ਨੇ ਲੈਂਡਸਕੇਪ ਦੇ ਹਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ, ਯਾਨੀ ਕਿ ਅਗਰ ਤੁਸੀਂ ਉਹਨਾਂ ਦੀ ਸ਼ਾਇਰੀ ਦੇ ਵਿੱਚ ਜਿਹੜੀਆਂ ਵਰਤੀਆਂ ਹੋਈਆਂ ਚੀਜ਼ਾਂ ਨੇ ਉਹ ਸਾਰੀ ਦੀ ਸਾਰੀ ਇਸ ਲੈਂਡਸਕੇਪ ਦੇ ਵਿੱਚ, ਯਾਨੀ ਕਿ ਅਦਬ ਦੇ ਹਵਾਲੇ ਨਾਲ ਵੀ ਇੱਕ ਬਹੁਤ ਹੀ ਵਧੀਆ ਮਤਲਬ ਇਹ ਤੁਹਾਨੂੰ ਉਸ ਕਲਾਮ ਦੇ ਵਿੱਚ ਨਜ਼ਰ ਆਏਗਾ, ਤੁਹਾਨੂੰ ਨਜ਼ਰ ਆਏਗੀਆਂ ਚੀਜ਼ਾਂ ਸਾਰੀਆਂ ਦੀ ਸਾਰੀਆਂ, ਜਿਵੇਂ ਦਰਿਆਵੇ ਕੰਨੇ ਅਗਲਾ ਬੈਠਾ ਕੀਲ ਕਰੇ ਜਾਂ ਇਸ ਤਰ੍ਹਾਂ ਦੀ ਜਿੰਨੀਆਂ ਵੀ ਮਤਲਬ ਚੀਜ਼ਾਂ ਨੇ ਉਹ ਇਸ ਹਵਾਲੇ ਨਾਲ ਵੀ ਬਾਬਾ ਸਾਹਿਬ ਦਾ ਬੜਾ ਯਾਨੀ ਕਿ ਅਦਬ ਦੇ ਹਵਾਲੇ ਨਾਲ ਜਿਹੜੀ ਸਾਹਿਤਕ ਰਚਨਾ ਹੈ ਨਾ ਜੀ ਉਹਦੇ ਹਵਾਲੇ ਆਪਣੀ ਉਹਦੀ ਧਾਰਮਿਕ ਮੁੱਲ ਜਿਹੜਾ ਉਹਦਾ ਆਪਣੀ ਜਗ੍ਹਾ ਦੇ ਉੱਤੇ ਹੈ, ਠੀਕ ਹੈ। ਲੇਕਿਨ ਅਗਰ ਤੁਸੀਂ ਵੈਸੇ ਵੀ ਕਰੋ ਜਿਹੜੀਆਂ ਉਹਨਾਂ ਨੇ ਰਮਜ਼ਾਂ ਇਸਤੇਮਾਲ ਕੀਤੀਆਂ ਨੇ ਉਹਨਾਂ ਰਮਜ਼ਾਂ ਦੇ ਹਵਾਲੇ ਨਾਲ ਵੀ ਅਗਰ ਤੁਸੀਂ ਵੇਖੋ ਤੇ ਬਾਬਾ ਫਰੀਦ ਦਾ ਜਿਹੜਾ ਕਲਾਮ ਹੈ ਉਹ ਸਭ ਨਾਲੋਂ ਵਧੀਆ ਇੱਕ ਸਾਹਿਤਕ ਰਚਨਾ ਹੈ। ਬਾਬਾ ਫਰੀਦ ਜੀ ਦੀ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਤੇ ਉਹਨਾਂ ਨੂੰ ਉਹਨਾਂ ਦੀਆਂ ਰਾਈਟਿੰਗਸ ਨੂੰ ਉਹਨਾਂ ਦੀਆਂ ਟੀਚਿੰਗਸ ਨੂੰ ਜਾਂ ਉਹਨਾਂ ਨੂੰ ਪੰਜਾਬ ਚ ਵੱਸਦੇ ਹਰ ਪੰਜਾਬੀ ਨੇ ਚਾਹੇ ਉਹ ਕਿਸੇ ਵੀ ਮਜ਼ਹਬ ਦਾ ਹੈ ਉਸਨੇ ਅਪਣਾਇਆ ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਟੀਚਿੰਗਸ ਦਾ ਦਾਇਰਾ ਇੰਨਾ ਕੁ ਵੱਡਾ ਸੀ ਕਿ ਉਹ ਪੂਰੀ ਇਨਸਾਨੀਅਤ ਨੂੰ ਜਾਂ ਸਾਰਿਆਂ ਨੂੰ ਹੀ ਰਿਗਾਰਡਲੈਸ ਆਫ ਰਿਲੀਜੀਅਨ ਉਹ ਸਾਰਿਆਂ ਨੂੰ ਹੀ ਆਪਣੇ ਵਿੱਚ ਸਮਾ ਲੈਂਦਾ ਸੀ ਤੇ ਡੈਫੀਨੇਟਲੀ ਫਿਰ ਉਹਨਾਂ ਦਾ ਜੋ ਉਸ ਵੇਲੇ ਦਾ ਪੰਜਾਬ ਸੀ ਜੋ ਉਸ ਵੇਲੇ ਦੀ ਸੁਸਾਇਟੀ ਸੀ ਉਸਦੇ ਉੱਤੇ ਇੱਕ ਡੀਪ ਇੰਪੈਕਟ ਪਿਆ ਹੋਏਗਾ। ਕਿਸ ਤਰ੍ਹਾਂ ਦਾ ਉਦੋਂ ਸਮਾਜ ਸੀ ਬਾਬਾ ਫਰੀਦ ਜੀ ਦੇ ਵੇਲੇ ਤੇ ਕਿਸ ਤਰ੍ਹਾਂ ਦਾ ਇੰਪੈਕਟ ਉਸ ਸਮਾਜ ਦੇ ਉੱਤੇ ਉਸ ਵੇਲੇ ਪਿਆ ਜਾਂ ਇੰਪਰੂਵਮੈਂਟ ਹੋਈ ਜਿਹੜਾ ਜੀ, ਕਿਉਂਕਿ ਆਪਾਂ ਅਗਰ ਉਹਨੂੰ ਵੇਖੀਏ ਨਾ ਉਸ ਪਹਿਲੇ ਦੇ ਸਮਾਜ ਨੂੰ, ਹਾਂਜੀ ਅਸੀਂ ਉਹ ਵੇਖ ਰਹੇ ਹਾਂ ਉਹ ਜਿਹੜਾ ਨਾ ਇੱਕ ਬ੍ਰਹਮਣੀ ਰੀਤ ਦਾ ਸਮਾਜ ਹੈ ਜਿਹਦੇ ਨਾਲ ਬਗਾਵਤ ਕਰਕੇ ਤੇ ਬੁੱਧ ਮਜ਼ਹਬ ਜਿਹੜਾ ਨਾ ਉਹਨੇ ਆਪਣੀ ਰਾਹ ਬਣਾਈ ਉਹਦੇ ਵਿੱਚ ਮਨੁੱਖਤਾ ਦੇ ਹਵਾਲੇ। ਉਹ ਜਦੋਂ ਦੁਬਾਰਾ ਬਰਮਨ ਜਿਹੜਾ ਸੀ ਨਾ ਜੀ ਬਰਮਨ ਨੀਅਤ ਜਿਹੜੀ ਸੀ ਉਹ ਦੁਬਾਰਾ ਵਾਪਸ ਆਈ ਹੈ ਬੁੱਧ ਮਤ ਨੂੰ ਇੱਥੋਂ ਦੇਸ਼ ਨਿਕਾਲਾ ਦੇਣ ਤੋਂ ਬਾਅਦ ਉਹਦਾ ਫਿਰ ਮੁਕਾਬਲਾ ਸੂਫੀ ਨੇ ਕੀਤਾ, ਯਾਨੀ ਕਿ ਸੂਫੀ ਨੇ ਆ ਕੇ ਦੱਸਿਆ ਕਿ ਜਿਹੜਾ ਨਾ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਨਾ ਇਨਸਾਨੀਅਤ ਜਿਹੜੀ ਹੈ ਉਹ ਯਾਨੀ ਕਿ ਉਹ ਤੁਸੀਂ ਇੰਝ ਕਹਿ ਲਓ ਕਿ ਬਾਬਾ ਫਰੀਦ ਨੇ ਦੱਸਿਆ, ਕਿਉਂਕਿ ਬਾਬਾ ਫਰੀਦ ਪਹਿਲੇ ਸ਼ਾਇਰ ਨੇ ਬੁੱਧ ਮਤ ਤੋਂ ਬਾਅਦ ਜਿਹੜਾ ਹੈ ਉਹਦੇ ਚ ਬਾਬਾ ਫਰੀਦ ਨੇ ਜਿਹੜਾ ਨਾ ਜੀ ਉਹ ਆ ਕੇ ਕੀਤਾ। ਉਹਨਾਂ ਨੇ ਜਿਹੜੀ ਸੀ ਉਹਦੇ ਅੰਦਰੋਂ ਜਿਹੜੀ ਇੱਕ ਜਹਾਦ ਦੀ ਹੈ ਜਿਹੜੀ ਇੱਕ ਕਿਸਮ ਦੀ ਯਾਨੀ ਕਿ ਕਿਸੇ ਦੂਜੇ ਦਾ ਹੱਕ ਉਹਦੇ ਖਿਆਲਾਤ ਉੱਤੇ ਨਾ ਮੰਨਣਾ ਜਾਂ ਕਿਸੇ ਦੂਜੇ ਨੂੰ ਉਹਦੀ ਰਾਏ ਦੇ ਉੱਤੇ ਉਹਦਾ ਹੱਕ ਨਾ ਮੰਨਣਾ, ਉਹਦੀ ਬਜਾਏ ਜਿਹੜਾ ਬਾਬਾ ਸਾਹਿਬ ਨੇ ਕਿਹਾ ਨਾ ਜੀ ਵੀ ਜੇ ਤਾਂ ਮਾਰਨ ਮੁਖੀਆਂ ਤਿੰਨਾਂ ਨਾ ਮਾਰੇ ਗੁੰਮ ਘਰ ਆਪਣੇ ਘਰ ਜਾਈਏ ਪੈਰ ਦੇ ਚੁੰਮ, ਯਾਨੀ ਕਿ ਉਹ ਇਸ ਤਰੀਕੇ ਦੇ ਨਾਲ ਲੋਕਾਂ ਦੇ ਦਰਮਿਆਨ ਇੱਕ ਮੁਹੱਬਤ ਤੇ ਪਿਆਰ ਔਰ ਉਹ ਕਿਸੇ ਬੰਦੇ ਨੂੰ ਕਿਸੇ ਦੇ ਉੱਤੇ ਡੋਮੀਨੇਸ਼ਨ ਕਿਸੇ ਦੀ ਨਹੀਂ ਵੇਖਣਾ ਚਾਹੁੰਦੇ। ਉਸ ਦੇ ਉੱਤੇ ਇੱਕ ਤਾਂ ਇਹ ਪ੍ਰਭਾਵ ਪਿਆ ਜਿਹਦੇ ਨਾਲ ਕਿ ਤੁਸੀਂ 5000 ਸਾਲ ਦੀ ਵੈਸੇ ਤਾਰੀਖ ਹੈ ਸਾਡੀ ਯਾਨੀ ਕਿ ਸੈਕੂਲਰ ਤਾਰੀਖ ਹੈ ਕਿ ਅਸੀਂ ਲੋਕ ਜਿਹੜਾ ਨਾ ਜੀ ਉਹ ਕਿਸੇ ਧਰਮ ਨੂੰ ਕਿਸੇ ਉੱਚਾ ਨਹੀਂ ਸਮਝਦੇ। ਇਹ ਉਹਨਾਂ ਨੇ ਆ ਕੇ ਰੀਤ ਪੈਦਾ ਕੀਤੀ ਸੀ ਕਿ ਕੋਈ ਬੰਦਾ ਕਿਸੇ ਧਰਮ ਦੇ ਹਿਸਾਬ ਨਾਲ ਕਿਸੇ ਇੱਕ ਧਰਮ ਨੂੰ ਕਿਸੇ ਦੂਜੇ ਫਰਮ ਧਰਮ ਦੇ ਉੱਤੇ ਕੋਈ ਫੁਕੀਅਤ ਹਾਸਿਲ ਨਹੀਂ, ਕਿਸੇ ਇਨਸਾਨ ਨੂੰ ਕਿਸੇ ਦੂਜੇ ਇਨਸਾਨ ਤੇ ਵਡਿਆਈ ਨਹੀਂ,
ਇਹ ਸਾਰੀ ਦੀ ਸਾਰੀ ਬਰਾਬਰ ਦੀ ਹੈ। ਜਿਹਨੂੰ ਕਿ ਤੁਸੀਂ ਕਹਿ ਸਕਦੇ ਜੇ ਕਿ ਜਿਹੜਾ ਪੰਜਾਬੀ ਦਰਸ਼ਨ ਹੈ, ਅਗਰ ਕਦੇ ਕੋਈ ਦਰਸ਼ਨ ਸਰਜੇ ਤੇ ਉਹਨੂੰ ਸਭ ਨਾਲੋਂ ਪਹਿਲੇ ਬਾਬਾ ਫਰੀਦ ਜੀ ਤੇ ਫਿਰ ਅੱਗੋਂ ਅੱਗੇ ਆਉਣ ਵਾਲੇ ਸਾਰੇ ਜਿਹੜੇ ਸੂਫੀ ਨੇ ਉਹ ਤੇ ਬਾਬਾ ਗੁਰੂ ਨਾਨਕ ਦੇਵ ਜੀ, ਇਹਨਾਂ ਸਾਰਿਆਂ ਦੀਆਂ ਲਿਖਤਾਂ ਦੇ ਵਿੱਚੋਂ ਹੀ ਪੰਜਾਬੀ ਦਰਸ਼ਨ ਸਰਜਣਾ ਪਏਗਾ। ਕਿ ਅਗਰ ਪੰਜਾਬੀ ਇੱਕ ਕੌਮ ਹੈ, ਕਿਉਂਕਿ ਜ਼ਾਹਿਰ ਹੈ ਪੰਜਾਬੀ ਇੱਕ ਕੌਮ ਹੈ, ਉਹਦੇ ਅੰਦਰ ਚਾਹੇ ਯਾਨੀ ਕਿ ਕੌਮ ਜਿਹੜੀ ਹੈ ਉਹਦੀ ਇੱਕ ਆਪਣੀ ਫਿਲੋਸਫੀ ਹੁੰਦੀ, ਉਹਦਾ ਇੱਕ ਆਪਣਾ ਦਰਸ਼ਨ ਹੁੰਦਾ ਜਿਹੜਾ ਕਿ ਅਸੀਂ ਪਛਾਣਿਆ ਨਹੀਂ ਹਾਲੇ ਤੱਕ ਸਾਨੂੰ। ਅਸੀਂ ਕਿਉਂਕਿ ਜਿਹੜੇ ਜਿਸ ਤਰੀਕੇ ਨਾਲ ਸਾਡੀ ਵੰਡ ਹੋਈ ਹੋਈ ਹੈ ਨਾ ਜੀ, ਯਾਨੀ ਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਉਸ ਤੋਂ ਪਹਿਲੇ ਦੀ ਜਿਹੜੀ ਕੁਛ ਲੋਕਾਂ ਦੇ ਸਾਡੇ ਜਿਹੜੀ ਇੱਕ ਵੰਡ ਹੋਈ ਹੋਈ ਹੈ, ਖਿਆਲਾਂ ਦੀ ਸੋਚਾਂ ਦੀ ਵੰਡ ਹੋਈ ਹੋਈ ਹੈ, ਇਹ ਜਦੋਂ ਥੋੜਾ ਜਿਹਾ ਇੱਕ ਦੂਜੇ ਦੇ ਨੇੜੇ ਆਉਣਗੇ ਤਾਂ ਉਹਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਧਰਤੀ ਤੇ 20 ਲਕੀਰਾਂ ਵੀ ਵੱਜ ਜਾਣ, 20 ਵੰਡਾਂ ਹੋ ਜਾਣ ਪੰਜਾਬ ਦੀਆਂ, ਜਾਂ ਪੰਜਾਬ ਦੇ ਜਿਹੜੇ ਨੇ 20 ਧਰਮ ਹੋਰ ਪੁੰਗਰ ਪੈਣ ਦੇ ਵਿੱਚ। ਪੰਜਾਬੀ ਇੱਕ ਕੌਮ ਹੈ, ਇੱਕ ਕੌਮ ਜਦੋਂ ਹੈ ਪੰਜਾਬੀ ਤੇ ਉਹਦੀ ਇੱਕ ਫਿਲੋਸਫੀ ਹੈ, ਉਹ ਫਿਲੋਸਫੀ ਤੁਹਾਨੂੰ ਬਾਬਾ ਫਰੀਦ ਤੋਂ ਸ਼ੁਰੂ ਕਰਨੀ ਪਏਗੀ ਕਿ ਬਾਬਾ ਸਾਹਿਬ ਨੇ ਕਿੰਨਾ ਚੀਜ਼ਾਂ ਦੇ ਬਾਰੇ 'ਚ ਕੀ, ਉਹਨਾਂ ਦਾ ਇਸ ਯੂਨੀਵਰਸ ਦੇ ਬਾਰੇ 'ਚ ਕੀ ਖਿਆਲ ਹੈ, ਉਹਨਾਂ ਦਾ ਇਨਸਾਨਾਂ ਦੇ ਬਾਰੇ 'ਚ ਕੀ ਖਿਆਲ ਹੈ, ਉਹਨਾਂ ਦਾ ਇਨਸਾਨੀ ਯਾਨੀ ਕਿ ਅਕਲ ਦੇ ਬਾਰੇ 'ਚ ਕੀ ਖਿਆਲ ਹੈ, ਜਾਂ ਉਹ ਕੀ ਕਿਸ ਤਰੀਕੇ ਦੀ ਉਹ ਕਰਨਾ ਚਾਹੁੰਦੇ ਨੇ, ਜਿਸ ਤਰੀਕੇ ਨਾਲ ਲੋੜ ਹੈ ਦਾਖ ਵਿਜੋੜੀਆਂ ਤੇ ਕਿੱਕਰ ਬੀਜੇ ਜੱਟ, ਯਾਨੀ ਕਿ ਉਹ ਚਾਹੁੰਦੇ ਨੇ ਕਿ ਜਿਹੜਾ ਅੱਛਾ। ਅਗਰ ਇਹਨੂੰ ਤੁਸੀਂ ਸਿੰਬੋਲਿਕ ਵੇਖੋ ਤੇ ਜਿਹੜੀ ਹੈ ਨਾ, ਜਿਵੇਂ ਉਹ ਲੋੜ ਹੈ ਦਾਖ ਵਿਜੋੜ, ਦਾਖ ਵਿਜੋੜੀਆਂ ਤੁਹਾਡੀ ਮੰਜ਼ਿਲ ਹੈ, ਤੁਸੀਂ ਜਿਹੜਾ ਤੁਹਾਡਾ ਵਾਟ ਹੈ, ਜਿਹੜਾ ਰਸਤਾ ਹੈ, ਜਿਹੜਾ ਤੁਸੀਂ ਮੰਜ਼ਿਲ ਤੀਕਰ ਪਹੁੰਚਣ ਤੀਕਰ ਜਿਹੜਾ ਤੁਸੀਂ ਰਸਤਾ ਅਡੋਪਟ ਕੀਤਾ ਹੈ, ਉਹ ਰਸਤੇ ਨੂੰ ਉਹਦੇ ਨਾਲ ਮੇਲ ਖਾਂਦਾ, ਉਸ ਪਾਸੇ ਜਾਣਾ ਚਾਹੀਦਾ ਹੈ। ਹੁਣ ਰਸਤਾ ਜਿਹੜਾ ਨਾ ਜੀ ਉਹ ਜਾ ਰਿਹਾ ਹੋਵੇ ਵੈਸਟ ਨੂੰ, ਮੰਜ਼ਿਲ ਤੁਹਾਡੀ ਈਸਟ ਵੱਲੇ ਹੋਵੇ ਤੇ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ। ਯਾਨੀ ਕਿ ਇਹ ਵੀ ਇੱਕ ਕਿਸਮ ਦੀ ਫਿਲੋਸਫੀਕਲੀ ਗੱਲ ਹੈ ਕਿ ਬਾਬਾ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਵੀ ਜੇਕਰ ਤੁਹਾਨੂੰ ਜਿਹੜੀ ਸ਼ੈ, ਜਿਹੜੀ ਤੁਹਾਡੀ ਮੰਜ਼ਿਲ ਹੈ, ਜਿਹੜਾ ਤੁਸੀਂ ਟਾਰਗੇਟ ਰੱਖਿਆ ਹੈ, ਉਹਨੂੰ ਤੁਸੀਂ ਜਾਣਾ ਹੈ ਤੇ ਉਸ ਵੱਲੇ ਜਾਣ ਵਾਲਾ ਰਸਤਾ ਵੀ ਉਸੇ ਤਰੀਕੇ ਦਾ ਹੀ ਅਪਣਾਓ, ਠੀਕ ਹੈ ਨਾ ਜੀ। ਤੇ ਉਸ ਦਾ ਜਿਹੜਾ ਨਾ ਜੀ, ਅਗਰ ਯਾਨੀ ਕਿ ਸੂਫੀਜ਼ਮ ਦਾ ਜਾਂ ਅਗਰ ਬਾਬਾ ਫਰੀਦ ਦਾ ਜਿਹੜਾ ਨਾ ਜੀ ਉਹਦੀ ਵੈਲਿਊ, ਉਹਦੀ ਅਹਿਮੀਅਤ ਇਹ ਹੈ ਕਿ ਤੁਸੀਂ ਜਦੋਂ ਵੀ ਕਦੇ ਪੰਜਾਬੀਆਂ ਨੂੰ ਸਮਝ ਆਈ ਕਿ ਅਸੀਂ ਕੌਮ ਹੈ ਤੇ ਅਸੀਂ ਸਾਡੀ ਇੱਕ ਦਰਸ਼ਨ ਹੈ, ਸਾਡੀ ਇੱਕ ਫਿਲੋਸਫੀ ਹੈ, ਉਹ ਤੁਹਾਨੂੰ ਬਾਬਾ ਫਰੀਦ ਤੋਂ ਸ਼ੁਰੂ ਕਰਨੀ ਪਏਗੀ, ਜਿਹਦੇ 'ਚ ਕਿ ਸਾਰੇ ਦਾ ਸਾਰਾ ਉਹ ਮੌਜੂਦ ਹੈ ਕਿ ਅਸੀਂ ਯਾਨੀ ਕਿ ਪੰਜਾਬੀ ਕੌਮ ਕਿੰਨਾ ਟ੍ਰੈਡੀਸ਼ਨ ਦੇ ਉੱਤੇ, ਕਿੰਨਾ ਵੈਲਿਊਜ਼ ਦੇ ਉੱਤੇ ਜਿਹੜਾ ਨਾ ਜੀ ਉਹ ਖੜੀ ਹੋਈ ਹੈ। ਔਰ ਉਹ ਵੈਲਿਊਜ਼ ਜਿਹੜੀਆਂ ਨੇ ਉਹ ਇਨਸਾਨੀਅਤ ਦੀਆਂ ਵੈਲਿਊਜ਼ ਨੇ, ਉਹ ਆਪਸ ਵਿੱਚ ਇੱਕ ਦੂਸਰੇ ਨੂੰ ਨਾਲ ਨਫ਼ਰਤ ਦੀਆਂ ਨਹੀਂ, ਉਹ ਇੱਕ ਦੂਸਰੇ ਨਾਲ ਹੇਟਰਡ ਦੀਆਂ ਨਹੀਂ, ਰਿਲੀਜੀਅਸ ਹੇਟਰਡ ਦੀਆਂ ਨਹੀਂ, ਬਲਕਿ ਮਨੁੱਖਤਾ ਦੀਆਂ ਇੱਕ ਦੂਜੇ ਨਾਲ ਮੁਹੱਬਤ ਔਰ ਪਿਆਰ ਦੀਆਂ ਨੇ। ਜੀ ਬਿਲਕੁਲ, ਅੱਜ ਵੀ ਜੇ ਅਸੀਂ ਵੇਖਦੇ ਹਾਂ ਤੇ ਪਾਕ ਪਤਨ ਦੇ ਵਿੱਚ ਬਾਬਾ ਫਰੀਦ ਜੀ ਦਾ ਦਰਬਾਰ ਹੈ, ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਫਰੀਦਕੋਟ ਵਿੱਚ ਬਾਬਾ ਫਰੀਦ ਜੀ ਦਾ ਗੁਰਦੁਆਰਾ ਸਾਹਿਬ ਹੈ, ਤੇ ਆਪਣੇ ਆਪ ਦੇ ਵਿੱਚ ਪੰਜਾਬੀਆਂ ਦੇ ਵਿੱਚ ਜਿਹੜੀ ਆਪਸੀ ਸਾਡੀ ਸਾਂਝ ਹੈ, ਭਾਵੇਂ ਵੰਡ 47 ਦੇ ਵਿੱਚ ਹੋ ਗਈ ਤੇ ਵੱਖ ਵੱਖ ਹੋਣਾ ਪਿਆ, ਪਰ ਉਸ ਤੋਂ ਬਾਅਦ ਵੀ ਜਿਹੜੀ ਸਾਡੀ ਆਪਸੀ ਸਾਂਝ ਸੀ ਜੋ ਬਾਬਾ ਫਰੀਦ ਜੀ ਤੋਂ ਜਾਂ ਉਸ ਤੋਂ ਵੀ ਕਹਿ ਲਓ ਕਿ 5000 ਸਾਲ ਪਹਿਲਾਂ ਤੋਂ ਜਿਹੜੀ ਆਪਣੀ ਸਾਂਝ ਚੱਲੀ ਆ ਰਹੀ ਸੀ, ਇਹ ਸਾਂਝ ਦੀ ਇੰਨੀ ਸੋਹਣੀ ਮਿਸਾਲ ਪੈਦਾ ਕਰਦੇ ਨੇ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਅੱਗੇ ਵੀ ਅਸੀਂ ਪੰਜਾਬੀਆਂ ਦੀ ਇਸ ਸਾਂਝ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਹੈ, ਕਿਉਂਕਿ ਅਜੇ ਇਹ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਾਫੀ ਜ਼ਿਆਦਾ ਹੋਰ ਵੀ ਲੋੜ ਹੈਗੀ ਹੈ ਇਸ ਸਾਂਝ ਨੂੰ ਮਜ਼ਬੂਤ ਦੋਵੇਂ ਪਾਸੇ ਕਰਨ ਵਾਸਤੇ, ਤੇ ਉਸ ਸਾਂਝ ਨੂੰ ਮਜ਼ਬੂਤ ਕਰਨ ਦੇ ਵਿੱਚ ਬਾਬਾ ਫਰੀਦ ਜੀ ਦਾ, ਉਹਨਾਂ ਦੀਆਂ ਟੀਚਿੰਗਸ ਦਾ ਜਾਂ ਉਹਨਾਂ ਦੀਆਂ ਜੋ ਲਿਖਤਾਂ ਨੇ ਉਹਨਾਂ ਦਾ ਕੀ ਰੋਲ ਹੋਏਗਾ ਅੱਗੇ ਵੀ, ਜਿਹੜੀ ਅੱਗੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੇ ਅਸੀਂ ਇਸ ਖੇਤਰ ਦੇ ਵਿੱਚ ਕੰਮ ਕਰ ਰਹੇ ਹਾਂ, ਉਹਨਾਂ ਨੂੰ ਉਸ ਤੋਂ ਕਿਸ ਤਰ੍ਹਾਂ ਦੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਉਸਦਾ ਕੀ ਰੋਲ ਹੋਏਗਾ ਇਸ ਸਾਂਝ ਦੇ ਵਿੱਚ? ਜਿਹੜੇ ਨੇ ਜੀ ਅਗਰ ਤੇ ਇੱਥੋਂ ਤੁਸੀਂ ਸਾਡੇ ਜਿਹੜੀਆਂ ਕੋਰਸ ਦੀਆਂ ਕਿਤਾਬਾਂ ਨੇ, ਨਿਸਾਬ ਦੀਆਂ ਕਿਤਾਬਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਕਿਉਂਕਿ ਰਾਜਨੀਤਿਕ ਉਹਦੇ ਚ ਜ਼ਿਆਦਾ ਗੱਲਾਂ ਹੁੰਦੀਆਂ ਨੇ, ਯਾਨੀ ਕਿ ਉਹਨਾਂ ਨੇ ਉਹਦਾ ਇੱਕ ਦੱਸਿਆ ਹੁੰਦਾ ਹੈ ਕਿ ਜਿਹੜਾ ਕਿਸ ਚੀਜ਼ ਨੂੰ ਕਰਨਾ ਤੇ ਕਿਸ ਚੀਜ਼ ਨੂੰ ਨਹੀਂ ਕਰਨਾ। ਇੱਥੇ ਜਿਹੜਾ ਨੇ ਜੀ ਜਿਹੜੇ ਹੈਗੀ ਸਾਰੀ ਦੀ ਸਾਰੀ ਇੰਡੀਵਿਜੁਅਲ ਐਫਰਟ ਦੇ ਨਾਲ ਹੀ ਸਾਰਾ ਕੁਛ ਹੋਣਾ ਹੈ। ਯਾਨੀ ਕਿ ਤੁਸੀਂ ਅਗਰ ਕਹੋ ਕਿ ਸਰਕਾਰ ਕੋਈ ਕੰਮ ਕਰੇਗੀ ਉਧਰਲੀ ਅਲੀਜ਼ਾ ਦਾ ਮੈਨੂੰ ਪਤਾ ਨਹੀਂ, ਲੇਕਿਨ ਇੱਧਰ ਵਾਲੀ ਸਰਕਾਰ ਜਿਹੜੀ ਹੈ ਨਾ ਉਹ ਜਿਹੜੀ ਸਾਡੀ ਆਈਡੈਂਟੀ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸਮਝਦੇ ਨੇ ਕਿ ਮਸਲ ਮੈਂ ਸਮਝਦਾ ਕਿ ਅਸੀਂ ਪੰਜਾਬੀ ਹੋ ਕੇ ਵੀ ਮੁਸਲਮਾਨ ਹੋ ਸਕਦੇ ਹਾਂ, ਜਦੋਂ ਕਿ ਉਹ ਇਹ ਸਮਝਦੇ ਨੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਯਾਨੀ ਕਿ ਇੱਥੋਂ ਦੀ ਜਿਹੜੀ ਪਛਾਣ ਹੈ ਸਾਡੀ, ਉਸ ਪਛਾਣ
ਦਾ ਇੱਕ ਬੜਾ ਮਸਲਾ ਰਿਹਾ ਸਾਨੂੰ ਰਾਜਨੀਤਿਕ ਤੌਰ ਤੇ। ਯਾਨੀ ਕਿ ਉਹ ਇਹ ਸਮਝਦੇ ਨੇ ਕਿ ਇਹਨੂੰ ਜਿਹੜੀਆਂ ਛੋਟੀਆਂ ਜ਼ਬਾਨਾਂ ਅਗਰ ਹੈ ਨੇ, ਮਤਲਬ ਜਿਹੜੀਆਂ ਛੋਟੀਆਂ ਮੇਰੇ ਜ਼ਬਾਨ ਮੂੰਹ ਚੋਂ ਨਿਕਲ ਗਈਆਂ, ਛੋਟੀਆਂ ਤੋਂ ਮੁਰਾਦ ਕਿ ਜਿਹੜੀਆਂ ਪੰਜਾਬੀ ਤਾਂ ਬਹੁਤ ਵੱਡੀ ਜ਼ਬਾਨ ਹੈ। ਹਾਂਜੀ ਯਾਨੀ ਕਿ ਇਹ ਮੁਸਲਮਾਨਾਂ ਦੀ ਜਿਹੜੀ ਹੈ ਉਹ ਸੱਤਵੀਂ ਵੱਡੀ ਜ਼ਬਾਨ ਹੈ। ਯਾਨੀ ਕਿ ਲੇਕਿਨ ਉਹ ਇਹਨੂੰ ਇਸ ਵਾਸਤੇ ਉਹਨਾਂ ਨੂੰ ਤਸਲੀਮ ਨਹੀਂ ਕਰਦੇ ਕਿਉਂਕਿ ਸਾਡੇ ਸਾਡੀ ਜਿਹੜੀ ਰਿਆਸਤ ਹੈ, ਸਾਡੀ ਸਰਕਾਰ ਹੈ ਜਿਹੜੀ, ਉਹਨੂੰ ਤਸਲੀਮ ਨਹੀਂ ਕਰਦੀ। ਇਹ ਤੇ ਅਸਲ ਵਿੱਚ ਗੱਲ ਇਹ ਹੈਗੀ ਕਿ ਇਹ ਜਿਸ ਤਰੀਕੇ ਨਾਲ ਹੁਣ ਆਵਾਜਾਈ ਹੁੰਦੀ ਪਈ ਹੈ ਜਾਂ ਜਿਸ ਤਰੀਕੇ ਨਾਲ ਵਕਤ ਅੱਗੇ ਆ ਰਿਹਾ, ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਬਹੁਤ ਵਧੀ ਹੈ, ਐਡਵਾਂਸ ਟੈਕਨੋਲੋਜੀ ਹੈ, ਔਰ ਮੇਰਾ ਤੇ ਤੁਹਾਡਾ ਜਿਹੜੀ ਗੱਲ ਹੈ ਉਸ ਐਡਵਾਂਸ ਟੈਕਨੋਲੋਜੀ ਦੀ ਵਜ੍ਹਾ ਨਾਲ ਹੀ ਪੋਸੀਬਲ ਹੈ। ਹਾਂਜੀ ਬਿਲਕੁਲ ਇਹਨੂੰ ਇਸ ਵਰਤਦਿਆਂ ਹੋਇਆ ਸਾਨੂੰ ਆਪਸ ਦੀ ਸਾਂਝ ਨੂੰ ਪਹਿਲੇ ਵਧਾਉਣਾ ਤੇ ਰਾਜਨੀਤਿਕ ਬਾਅਦ ਵਿੱਚ ਹੋਏਗਾ ਇਹ ਸਾਰੇ ਦਾ ਸਾਰਾ। ਔਰ ਬਾਬਾ ਫਰੀਦ ਜੀ ਇੱਕ ਜਿਹੜੀ ਹੈ, ਉਸ ਤੋਂ ਇਲਾਵਾ ਵੀ ਕਈ ਚੀਜ਼ਾਂ ਨੇ ਜਿਹੜੀਆਂ ਸਾਡੇ ਤੇ ਤੁਹਾਡੇ ਵਿੱਚ, ਯਾਨੀ ਕਿ ਹਿੰਦੁਸਤਾਨ ਦੇ ਪੰਜਾਬ ਵਿੱਚ, ਪਾਕਿਸਤਾਨ ਦੇ ਪੰਜਾਬ ਦੇ ਵਿੱਚ ਸਾਂਝੀਆਂ ਨੇ, ਉਹ ਬਹੁਤ ਸਾਰੀਆਂ ਚੀਜ਼ਾਂ ਨੇ। ਉਹਨਾਂ ਦੇ ਵਿੱਚ ਜਿਹੜੇ ਨੇ ਸਾਡੇ, ਮਤਲਬ ਜਿਵੇਂ ਗੁਰੂਆਂ ਦਾ ਕਲਾਮ ਹੈ, ਸੂਫੀਆਂ ਦਾ ਕਲਾਮ ਹੈ ਜਿਸ ਤਰੀਕੇ ਦੇ ਨਾਲ, ਜਾਂ ਜਿਸ ਤਰੀਕੇ ਦੇ ਨਾਲ ਮੈਂ ਕਹਿੰਦਾ ਰਿਗਵੇਦ ਵੀ ਹੈ ਪੰਜਾਬ ਦੀ ਪਹਿਲੀ ਕਿਤਾਬ, ਜਿਹੜੀ ਕਿ ਰਿਗਵੇਦ ਵੀ ਮੇਰੀ ਹੈ ਤੇ ਕੁਰਾਨ ਵੀ ਮੇਰਾ ਹੈ, ਤੇ ਜਿਹੜਾ ਇਹ ਜਿਹੜੀ ਇੱਥੋਂ ਦੇ ਪੰਜਾਬ ਦੇ ਵਿੱਚ ਸਰਜੀ ਹੋਈ ਜਿਹੜੀ ਹੋਰ ਕੀ, ਯਾਨੀ ਕਿ ਬਾਬਾ ਨਾਨਕ ਜੀ ਜਿਹੜੇ ਨੇ ਉਹ ਵੀ ਮੇਰੇ ਨੇ। ਯਾਨੀ ਕਿ ਜਿਹੜੀ ਇਹ ਸਾਂਝ ਹੈ ਨਾ ਜੀ, ਇਹ ਸਾਨੂੰ ਸ਼ੁਰੂ ਕਰਨੀ ਪੈਗੀ 5000 ਸਾਲ ਤੋਂ ਲੈ ਕੇ ਹੁਣ ਤੀਕਰ, ਕਿ ਅਸੀਂ ਉੱਥੋਂ ਲੈ ਕੇ ਹੁਣ ਤੀਕਰ ਇੱਕੋ ਧਰਤੀ, ਇੱਕੋ ਮਿੱਟੀ, ਇੱਕੋ ਕਲਚਰ, ਇੱਕੋ ਬੋਲੀ, ਇੱਕੋ ਇਤਿਹਾਸ ਦੇ ਵਿੱਚ ਅਸੀਂ ਅੱਗੇ ਵੱਧ ਰਹੇ ਹਾਂ। ਤੇ ਇਸ ਇਹਨਾਂ ਜਿਹੜੀਆਂ ਸਾਂਝਾਂ ਨੇ ਸਾਰੀਆਂ, ਉਹਨਾਂ ਨੂੰ ਬਜਾਇਸ ਦੇ ਕੇ ਅਸੀਂ ਕਿਸੇ ਹੋਰ ਐਸੀਆਂ ਚੀਜ਼ਾਂ ਪੜਾ ਕੇ ਤੇ ਆਪਣੀ ਪੂਰੀ ਬਣਾ ਲਈ ਆਪਣੇ ਆਪਸ ਦੇ ਵਿੱਚ, ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਕੱਠੀਆਂ ਕਰਦੀਆਂ ਨੇ, ਜਿਹੜੀਆਂ ਸਾਨੂੰ ਇਕੱਠੀਆਂ ਕਰ ਸਕਦੀਆਂ ਨੇ, ਉਹਨਾਂ ਨੂੰ ਅੱਗੇ ਵਧਾਉਣ ਦੇ ਨਾਲ ਹੀ ਇਹ ਸਾਂਝ ਜਿਹੜੀ ਹੈ ਜੁੜੇ। ਜਿਵੇਂ ਬਾਬਾ ਫਰੀਦ ਜੀ ਦੇ ਉਸ ਦੀ ਗੱਲ ਹੁੰਦੀ ਹੈ ਤੇ ਇਹ ਉਸ ਅਸਲ ਚ, ਕਿਉਂਕਿ ਲਹਿੰਦੇ ਪੰਜਾਬ ਦੇ ਲੋਕ ਤੇ ਸਾਰੇ ਤਕਰੀਬਨ ਜਾਣਦੇ ਹੋਣਗੇ ਉਸ ਪਾਸੇ ਦੇ, ਚੜ੍ਹਦੇ ਪੰਜਾਬ ਦੇ ਲੋਕ ਸ਼ਾਇਦ ਇਸ ਅੱਖਰ ਤੋਂ ਵੀ ਪੂਰੀ ਤਰ੍ਹਾਂ ਵਾਕਫ ਨਹੀਂ ਹੋਣੇ ਕਿ ਉਸ ਹੈ ਕੀ। ਸੋ ਇਹ ਸਾਨੂੰ ਦੱਸੋਗੇ ਕਿ ਉਸ ਕੀ ਹੈ ਤੇ ਬਾਬਾ ਫਰੀਦ ਜੀ ਦਾ ਉਸ ਇਹ ਮਨਾਉਣਾ ਕਦੋਂ ਤੋਂ ਜਾਂ ਕਿਵੇਂ ਸ਼ੁਰੂ ਹੋਇਆ? ਉਰਸ ਅਰਬੀ ਲਫ਼ਜ਼, ਪੰਜਾਬੀ ਲਫ਼ਜ਼ ਹੈ ਮੇਲਾ, ਅਸੀਂ ਇੱਥੇ ਕਹਿੰਦੇ ਮੇਲਾ ਬਾਬਾ ਫਰੀਦ। ਠੀਕ ਠੀਕ ਹੈ ਨਾ ਜੀ। ਉਰਸ ਹੈ ਇਹ ਉਸ, ਉਹ ਲੋਕ ਚੰਦ ਉਹ ਲੋਕ ਥੋੜੇ ਜਿਹੇ ਵਰਤਦੇ ਨੇ ਉਰਸ ਦਾ ਲਫ਼ਜ਼, ਜਿਹੜੇ ਲੋਕ ਕਿ ਅਰਬੀ ਜ਼ਬਾਨ ਤੋਂ ਬੜਾ ਪ੍ਰਭਾਵਿਤ ਨੇ, ਜਿਹੜੇ ਕਿ ਮਸਲਾਂ ਅਰਬੀ ਜ਼ਬਾਨ ਦੇ ਵਿੱਚ ਉਰਸ ਦਾ ਮਤਲਬ ਹੁੰਦਾ ਸ਼ਾਦੀ, ਤੇ ਜਿਹੜਾ ਵਾਧਤੁਲ ਵਜੂਦ ਇਹਨਾਂ ਦੇ ਇੱਕ ਬਣਾਇਆ ਹੈ ਨਾ ਇਹਨਾਂ ਨੇ, ਜਿਹੜੀ ਇੱਕ ਮਤਲਬ ਉਹਦੇ ਮੁਤਾਬਕ ਜਦੋਂ ਇਨਸਾਨ ਦੀ ਰੂਹ ਵਿੱਚੋਂ ਇਹ ਮੌਲਾ ਰੂਮ ਦਾ ਹੈ ਵੈਸੇ ਤਾਂ ਨਾ, ਫਾਰਸੀ ਕਲਾਮ ਵੱਲੋਂ ਆਈ ਹੋਈ ਇਹ ਗੱਲ ਕਿ ਜਿਸ ਵਕਤ ਜਿਹੜਾ ਨਾ ਜੀ ਇਨਸਾਨ ਕੋਈ ਮਰ ਜਾਂਦਾ ਹੈ ਤੇ ਉਹਦੀ ਰੂਹ ਰੱਬ ਦੀ ਰੂਹ ਦੇ ਵਿੱਚ ਜਾ ਕੇ ਤੇ ਜਜ਼ਬ ਹੋ ਜਾਂਦੀ ਹੈ, ਉਸ ਜਜ਼ਬ ਨੂੰ ਉਹ ਕਹਿੰਦੇ ਨੇ ਉਰਸ। ਉਰਸ ਅਰਬੀ ਜ਼ਬਾਨ ਦਾ ਲਫ਼ਜ਼ ਹੈ ਜਿਹਦਾ ਸ਼ਾਦੀ ਮਤਲਬ ਹੈ, ਲੇਕਿਨ ਇਹ ਉਰਸ ਇੱਥੇ ਕੋਈ ਵੀ ਨਹੀਂ ਵਰਤਦਾ। ਉਰਸ ਜਿਹੜਾ ਨਾ ਉਹ ਰਿਆਸਤ, ਕੋਈ ਕਦੇ ਕੋਈ ਮਹਿਕਮੇ ਸਰਕਾਰੀ ਔਕਾਫ ਵਾਲੇ ਬਣ ਕੇ ਲੈਣ ਉਰਸ, ਲੇਕਿਨ ਅਸਲ ਵਿੱਚ ਇਹ ਮੇਲਾ ਬਾਬਾ ਫਰੀਦ। ਮੇਲੇ ਜਿਹੜੇ ਨੇ ਉਹ ਹੜੱਪੇ ਦੇ ਵਿੱਚ ਵੀ ਲੱਗਦੇ ਸਨ 5000 ਸਾਲ ਪਹਿਲੇ, ਤੇ ਮੇਲੇ ਅੱਜ ਵੀ ਲੱਗਦੇ। ਔਰ ਜਿਹੜੇ ਸਨ ਜਿਹੜੇ ਮੇਲੇ ਜਿਹੜੇ ਫਸਲਾਂ ਦੇ ਨਾਲ ਜੁੜੇ ਹੋਏ ਸਨ ਉਹ ਮੇਲੇ ਵੀ ਹੈਗੇ ਨੇ ਇੱਥੇ, ਲੇਕਿਨ ਜਿਹੜੇ ਮੇਲੇ ਇਸ ਤਰ੍ਹਾਂ ਦੇ ਸੂਫੀਆਂ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਇਸਲਾਮੀ ਮਹੀਨਿਆਂ ਦੇ ਨਾਲ ਚੱਲਦੇ ਨੇ, ਉਹ ਮੇਲੇ ਹੀ ਹੈ ਨੇ ਅਸਲ ਦੇ ਵਿੱਚ। ਤੇ ਉਰਸ ਤਾਂ ਉਹਨੂੰ ਉਹਦੇ ਉੱਤੇ ਉਰਸ ਦਾ ਗਲਾਫ ਜਿਹੜਾ ਹੈ ਉਹ ਕਵਰ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਵਰਨਾ ਇਹ ਮੇਲਾ ਹੀ ਹੈ। ਉੱਥੇ ਨਾ ਵੀ ਜਾਣਦੇ ਉਹਨਾਂ ਦੇ ਉਰਸ ਦਾ ਮਤਲਬ ਸ਼ਾਦੀ, ਉਹਦੀ ਕੋਈ ਸੈਂਸ ਨਹੀਂ ਬਣਦੀ। ਠੀਕ ਹੈ ਨਾ ਜੀ। ਉਹ ਪਹਿਲੇ ਸਮਝਾਉਣਾ ਪੈਂਦਾ ਕਿ ਜਨਾਬ ਉਰਸ ਜਿਹੜਾ ਹੈ ਇੱਕ ਬੰਦਾ ਮਾਰ ਗਿਆ, ਉਹਦੀ ਰੂਹ ਜਿਹੜੀ ਉਹ ਨਿਕਲੀ ਤੇ ਰੱਬ ਦੀ ਰੂਹ ਦੇ ਵਿੱਚ ਸ਼ਾਮਿਲ ਹੋ ਗਈ, ਸਾਰੀ ਗੱਡੀ ਕੁੱਲ ਰੂਹ ਦੇ ਸ਼ਾਮਿਲ ਹੋ ਗਈ, ਉਹ ਉਰਸ ਦਾ ਮਤਲਬ ਹੈ। ਲੇਕਿਨ ਤੁਹਾਨੂੰ ਕੋਈ ਵੀ ਬੰਦਾ ਨਹੀਂ ਨਜ਼ਰ ਆਏਗਾ ਜਿਹੜਾ ਕਹੇਗਾ ਕਿ ਮੇਲਾ ਬਾਬਾ ਫਰੀਦ ਹੀ ਹੈ। ਅੱਗੇ ਤੇ ਜ਼ਿਆਦਾ ਇੱਥੇ ਹੁੰਦਾ ਸੀ, ਹੁਣ ਤਾਂ ਕੋਰੋਨਾ ਕਰਕੇ ਤੇ ਮਤਲਬ ਬੰਦ ਕੀਤਾ ਉਹਨਾਂ ਨੇ, ਵਰਨਾ ਇੱਥੇ ਹੁੰਦਾ ਸੀ ਕਲਚਰ, ਯਾਨੀ ਕਿ ਮੇਲਿਆਂ ਦੇ ਉੱਤੇ ਖੇਲ ਹੁੰਦੇ ਸਨ, ਕਬੱਡੀਆਂ ਹੁੰਦੀਆਂ ਸਨ, ਦੁਕਾਨਾਂ ਲੱਗਦੀਆਂ ਸਨ, ਕਿਤਾਬਾਂ ਦੀਆਂ ਦੁਕਾਨਾਂ ਲੱਗਦੀਆਂ ਸਨ, ਜਿਹੜਾ ਹੈ ਉਹ ਸਰਕਸਾਂ ਲੱਗਦੀਆਂ ਸਨ, ਢੋਲ ਵੱਜਦੇ ਸਨ, ਕਬੱਡੀ ਹੁੰਦੀ ਸੀ, ਯਾਨੀ ਕਿ ਸਾਰੇ ਹੀ ਪੰਜਾਬ ਦੇ ਜੋ ਖੇਲ ਨੇ ਉਹ ਸਾਰੇ ਦੇ ਸਾਰੇ ਹੀ ਹੁੰਦੇ ਸਨ, ਜਿਹੜੇ ਕਿ ਇਸ ਹੌਲੀ 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 ਉਹਨਾਂ ਨੇ ਇਹਨੂੰ ਪਰਾਂ ਕਰਕੇ ਤੇ ਇਹਨੂੰ ਸਿਰਫ ਉੱਥੇ ਖਤਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਫਿਰ ਵੀ ਲੋਕਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਮੇਲਾ ਹੀ ਹੈ, ਲੋਕਾਂ ਦੀ ਜਿਹੜੀ ਐਕਟੀਵਿਟੀ ਉਹ ਮੇਲਾ ਹੀ ਹੈ, ਉਹ ਮੇਲਾ ਹੀ ਸਮਝ ਕੇ ਆਉਂਦੇ ਨੇ, ਸਲਾਮ ਕਰਕੇ ਜਿਹੜੀ ਸ਼ਰਧਾ ਰੱਖਦੇ ਨੇ, ਜਿਹੜੀ ਇਹਨਾਂ ਦੀ ਸ਼ਰਧਾ ਬਾਬਾ ਸਾਹਿਬ ਨਾਲ,
एक उन्होंने जो श्रद्धालु ने वह आते हैं बाबा साहब सलाम कर बाबा साहब आके इस बहिश्ती दरवाजा भी है यानी कि बाबा साहब के दरबार के साइड का दरवाजा है उस दरवाजे को लंघन का सिंबोलिक मतलब है कि तुम थानू कोई एड्डी लंबी चौड़ी खेचल की लड़ नहीं तुम जन्नत चले जाओगे सीधे ठीक है ना जी यानी कि तुम इबादतों शरीयत बहुत सारी चीजा बाईपास करके जन्नत से चले जाओ वो जरा ना जी वो सब नी एक्टिविटी है इतने जी के हम उन्होंने बंद किया है 2 साल तो पिछले साल भी दी इस साल भी दी ये मेला लगता है असल हजरत खाजा बाबा साहब के वफात तो 1 साल बाद हजरत ख्वाजा निजामुद्दीन औलिया जो दिल्ली तो आए इतने पाक पतन का उदो ना अयोधन से हाँ जी दिल्ली तो अयोधन आए ते उन्होंने आके तो मेला जरा ना जी उन्होंने स्टार्ट किया 1 साल बाद शुरू हो गया और मतलब जनती दरवाजा जी तू लंघ के हाँ जी सिंबोलिकली एक ऐसी जनती दरवाजा जरा ना जी वह भी उन्होंने जमाने ही शुरू होया हजरत ख्वाजा निजामुद्दीन औलिया ने ही शुरू इस वास्ते इतने ज्यादातर जो रश है वो लोग लखा की तादाद मतलब है कि क्योंकि किसान ने सारे यानी कि ज्यादातर तुम्हें पता है वाई वाई पंजाब का जी मईशत है अली तिकर वो एग्रीकल्चर से ही है और लोग जड़े ने उन्होंने इस तरह की टाइम उन्होंने को नहीं होंगे कि वह आप अपने सिर के उत्ते आदि इबादत के सिर पर जन्म से जा सकन इस वास्ते फिर वो आसरा जरा ना जी सूफिया बजुर्गों का है कि सूफिया बजुर्गों के आसरे जरा है वो सानू इस दरवाजे च लंघन सू जन्नत मिल जाएगी इस वास्ते जिन्ना भी लोग इतने आते ने वो लोग जेडे के मेहनत कश ने खास तौर जो हज कर जाके 7 लाख नहीं भर सकते उन्होंने साहब का आसरा है भी आ दरवाजा लंघ जाओ थोड़ा सब कुछ कबूल है थोड़ी जिंदगी दहनत ने कबूल ने अकाल चलाना उन्होंने किया 1267 तो यह मेला लगता है तकरीबन 750 साल तो बिलकुल जी सो आप हम समाप्ति वाले पासे आईए अखीर दे सारे ही पंजाबियों या खास तौर पर नौजवानों क्योंकि नौजवानों के जी आप हम पिछले काफ़ी टाइम तो जो तो ये टैक्नोलॉजी का दौर सा शुरू होया असं ये चीज़ लगातार देखते आ रहे हैं कि नौजवानों के सांझ की खिच भी है तो उन्होंने अपने पिछोकड़ की खिच भी है अपन जड़ा जड़ा वाल वापस मुड़ना वो जवानी पिछले कुछ सालों तो शुरू कर चुकी है तो उस नौजवानी नू अखीर दे विच की सुनेहा देना चाहोगे बाबा फरीद जी दे जे असी उन्हां नू सच्ची श्रद्धांजलि देनी होए बाबा फरीद जी नू याद करने आ किस तरह असी उन्हां नू सच्ची श्रद्धांजलि दे सकते हैं असी असल दे विच बाबा फरीद दे जिहड़ा कलाम है और बाबा फरीद दे अंदर जिहड़ी आ उन्हां दे कलाम दे अंदर जिहड़ी कुल इंसानियत दी एकता है हाँ जी उस नू लै के ते वध सकदे आ यानी कि उस ना सिर्फ ये कि साढ़े दरम्यान आपस के साढ़े विचकार पंजाबियों के विचकार बल्कि पूरी मनुखता विचकार एक प्यार का मुहब्बत का स्नेहा जरा जी उन्होंने लैके इन्होंने गुरुआ दे संतां दे साधुआ का जो पंजाब दे विच आए उन्होंने सारियां दे उत्ते जो कलाम उतरे ने उन्होंने कलाम दे विच इंसानियत की मुहब्बत ही है उन्होंने सारियां नू असी धर्मां दी वंड नाल वेखन की बजाय असी धरती के उत्ते जिहड़े लोग जमे ने इस धरती के उत्ते जिन्हें धरती ने जिन्हें पैदा किए ने वो गुरु होन सूफी साधु संत जो भी अवतार पैदा किए ने इन्होंने सारिया के उत्ते जिहड़े जिहड़े भी कलाम उतरे ने मुहब्बत के उन कलाम के अंदर जिहड़ी मनुखता है उहदी सांझ उहदी एकता नूं लैके गई जी बिल्कुल सो आप अपनी हुण गलबात नूं काफ़ी समा हो चुकिया है तो तकरीबन मैनूं लगता है कि सारा एस्पैक्ट जो असी कवर करना चाहते सी अपनी इस गलबात दे विच ओह हो चुके है सो असी अपनी गलबात हुण इत्थे ही रोकदे हां बहुत बहुत धन्नवाद तुहाडा जो तुसी सानूं समा दित्ता ते अपने विचार साडे नाल साझे कीते सत श्री अकाल सत श्री अकाल जी सन मसूद खालिद साहब जिन्हां ने
अपने विचार साडे नाल सांझे कीते ने बाबा फरीद जी दे बारे उन्हां दीआं टीचिंग्स दे बारे ते उन्हां दी उस सिख्यावां तों सिख के असीं किस तरीके दे नाल पंजाब दी आपसी सांझ दी गल कर सकदे हां जां किस तरह अपनी जड़ां दे नाल जुड़ सकदे हां। सो इह अज दी असीं गलबात कीती है, आस करदे हां कि आप सब नूं इह गलबात पसंद आई होएगी। सानूं इसे तरह सहयोग करदे रहो, साडे चैनल नूं जरूर सबसक्राइब करो ते अगे होरनां नाल वी सांझिया करो। वाहिगुरू जी का खालसा, वाहिगुरू जी की फतेह।